ਕਿਸ ਤਰ੍ਹਾਂ ਗੁਰਮੁਖ ਆਪਦੇ ਵਿਚਾਰਾ ਤੋਂ ਉੱਪਰ ਉੱਠ ਕੇ ਨਾਮ ਸ਼ਬਦ ਦਾ ਅਭਿਆਸ ਕਰਕੇ ਆਪਦੇ ਮਨ ਨੂੰ ਰੰਗ ਲੈਂਦੇ ਆ ਮਨ ਨੂੰ ਰੰਗੇ ਉਹ ਆਪਦੇ ਔਗਣਾ ਤੋਂ ਵੀ ਇਸ ਮਨ ਨੂੰ ਉੱਪਰ ਉਠਾ ਲੈਂਦੇ ਆ ਤੇ ਸੰਸਾਰ ਨੂੰ ਵੀ ਔਗਣਾ ਤੋਂ ਉੱਪਰ ਚੱਕ ਲੈਂਦੇ ਆ ਔਗਣ ਕਿਸੇ ਖਾਸ ਸੁਭਾਵ ਦਾ ਭਾਗ ਨਹੀਂ ਹੁੰਦੇ ਔਗਣ ਸਾਡੇ ਵਿਚਾਰਾਂ ਤੋਂ ਸ਼ੁਰੂ ਹੁੰਦੇ ਨੇ ਜੇਕਰ ਮਨ ਵਿਚਾਰਾਂ ਵਿੱਚ ਰਹਿਣ ਦਾ ਆਦੀ ਹੈ ਤਾਂ ਉਹ ਔਗਣ ਕਰੇਗਾ ਹੀ ਕਰੇਗਾ ਗੁਰਬਾਣੀ ਗੁਰੂ ਦੇ ਵਿੱਚ ਨਿੰਦਿਆ ਚੁਗਲੀ ਵੈਰ ਵਿਰੋਧ ਨੂੰ ਔਗਣ ਨਹੀਂ ਕਿਹਾ ਗਿਆ ਜਦੋਂ ਅਸੀਂ ਜਤ ਸਤ ਸੰਜਮ ਧਰਮ ਸਹਿਣ ਸ਼ੀਲਤਾ ਪੁੰਨਾ ਦੇ ਵਿੱਚ ਪੈ ਕੇ ਹਮੇਵਸ ਪੈ ਜਾਂਦੇ ਆ ਇਹ ਵੀ ਸਾਡੇ ਔਗਣ ਬਣ ਜਾਂਦੀਆਂ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਖਸਮ ਵਿਸਾਰ ਕੇ ਰਸ ਭੋਗ ਤਾਂ ਤਨ ਉੱਠ ਖਲੋਏ ਰੋਗ ਜੋ ਖਸਮ ਨੂੰ ਵਿਸਾਰ ਕੇ ਰਸ ਭੋਗ ਕਰਦੇ ਆ ਤਾਂ ਉਹ ਸਾਰੇ ਹੀ ਔਗਣੇ ਆ ਉਹ ਸਾਰੇ ਹੀ ਸਾਨੂੰ ਸਜਾ ਦਵਾਉਂਦੇ ਆ ਮਹਾਰਾਜ ਕਹਿੰਦੇ ਨੇ ਨਾਨਕ ਔਗਣ ਜੇਤੜੇ ਤੇਤੇ ਗਲੀ ਜੰਜੀਰ ਜੇ ਗੁਣ ਹੋਣ ਤਾਂ ਕੱਟ ਜਾਣ ਸੇ ਭਾਈ ਸੇ ਵੀਰ ਅੱਗੇ ਕਹੇ ਨਾ ਮੰਨਿਐਣ ਮਾਰ ਕੱਢੋ ਵੇ ਪੀਰ ਸਚੇ ਪਾਤਸ਼ਾਹ ਕਹਿੰਦੇ ਨੇ ਜਿੰਨੇ ਔਗਣ ਨੇ ਸੱਚ ਨਾਮ ਨੂੰ ਵਿਚਾਰ ਕੇ ਆਪਾਂ ਜੋ ਵੀ ਵਿਚਾਰਾ ਕੀਤੀਆਂ ਸੱਚ ਨਾਮ ਨੂੰ ਵਿਚਾਰ ਕੇ ਜੋ ਵੀ ਆਪਾਂ ਕਰਮ ਕੀਤੇ ਸੱਚ ਨਾਮ ਨੂੰ ਵਿਚਾਰ ਕੇ ਜਿਵੇਂ ਇੱਕ ਦਿਨ ਇੱਕ ਰਾਤ ਦੀ ਆਪਾਂ ਜ਼ਿੰਦਗੀ ਕੱਢੀ ਕਿਸੇ 50 ਸਾਲ ਕੱਢੀ ਕਿਸੇ 60 ਸਾਲ ਕੱਢੀ ਕਿਸੇ 100 ਸਾਲ ਕੱਢੀ ਕੋ ਜਵਾਨੀ ਚੱਲਿਆ ਗਿਆ ਕੁਵਤ ਖਾੜੂ ਉਮਰ ਦੇ ਵਿੱਚ ਚੱਲਿਆ ਗਿਆ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਖਸਮ ਵਿਸਾਰ ਕੇ ਚਾਹੇ ਚੰਗੇ ਬਣ ਕੇ ਸੰਸਾਰੀ ਤੌਰ ਤੇ ਚੰਗੇ ਬਣ ਕੇ ਕੱਢੀ ਚਾਹੇ ਸੰਸਾਰੀ ਤੌਰ ਤੇ ਮੰਦੇ ਬਣ ਕੇ ਕੱਢੀ ਸਾਰੇ ਔਗਣ ਬਣ ਗਿਆ ਤੇ ਮਹਾਰਾਜ ਕਹਿੰਦੇ ਜੇ ਗੁਣ ਹੋਣ ਤਾਂ ਕੱਟੀਆਂ ਨ ਸੇ ਭਾਈ ਸੇ ਵੀਰ ਤੇ ਕਹਿੰਦੇ ਇਹ ਔਗਣ ਉਨੀ ਦੇਰ ਤੱਕ ਨਹੀਂ ਕੱਟੇ ਜਾਂਦੇ ਜਿੰਨੀ ਦੇਰ ਤੱਕ ਸਾਡੇ ਕੋਲ ਸ਼ਬਦ ਦਾ ਅਭਿਆਸ ਨਾ ਹੋਵੇ ਸਾਡੇ ਵੱਡੇ ਭਾਗ ਹੋਣ ਉਹ ਸਾਡੇ ਗੁਣ ਬਣਦੇ ਨੇ ਕਿਹੜੇ ਵੱਡੇ ਭਾਗ ਜਦੋਂ ਅਸੀਂ ਸਿਮਰਨ ਦੇ ਨਾਲ ਜੁੜਦੇ ਆ ਨਾ ਜੀ ਉਹ ਸਾਡੇ ਗੁਣ ਹੁੰਦੇ ਨੇ ਜਦੋਂ ਅਸੀਂ ਨਾਮ ਜਪਦੇ ਆ ਤੇ ਉਹ ਗੁਣ ਕਿਵੇਂ ਸਾਡੇ ਔਗਣ ਕੱਟਦੇ ਨੇ ਕਹਿੰਦੇ ਜੇ ਗੁਣ ਹੋਣ ਤਾਂ ਕੱਟੀ ਜਾਣ ਸੇ ਭਾਈ ਸੇ ਵੀਰ ਜਦੋਂ ਵੱਡੇ ਭਾਗ ਹੁੰਦੇ ਨੇ ਉਦੋਂ ਗੁਰਮਖਾਂ ਦੇ ਨਾਲ ਸੰਤਾਂ ਸਾਧੂਆਂ ਦੇ ਨਾਲ ਸੰਜੋਗ ਹੋ ਜਾਂਦਾ ਹੈ ਉਹ ਸਾਨੂੰ ਨਾਮ ਜਪਾਉਂਦੇ ਨੇ ਕਬੀਰ ਸੇਵਾ ਕੋ ਦੋਇ ਭਲੇ ਇੱਕ ਸੰਤ ਇਕ ਰਾਮ ਰਾਮ ਜੋ ਦਾਤਾ ਮੁਕਤ ਕੋ ਸੰਤ ਜਪავੈ ਨਾਮ ਸੰਤ ਨਾਮ ਜਪਾਉਂਦਾ ਤੇ ਸੇਵਾ ਤੋਂ ਦੋ ਹੀ ਭਲੇ ਨੇ ਜੇ ਪਰਮੇਸ਼ਰ ਦੀ ਸੇਵਾ ਕਰੀਏ ਤੇ ਕਹਿੰਦੇ ਜਾ ਸੰਤਾਂ ਦੀ ਸੇਵਾ ਕਰੀਏ ਮਹਾਰਾਜ ਕਹਿੰਦੇ ਜੇ ਗੁਣ ਹੋਣ ਤਾਂ ਕੱਟੀਆਂ ਨੇ ਸੇ ਭਾਈ ਸੇ ਵੀਰ ਜਿਹੜੇ ਸਾਡੇ ਔਗਣ ਕੱਟ ਦਿੰਦੇ ਨੇ ਸਾਨੂੰ ਗੁਨਾ ਦੇ ਭੰਡਾਰੇ ਬਖਸ਼ ਦਿੰਦੇ ਆ ਸਾਡੇ ਵਿੱਚ ਅੰਮ੍ਰਿਤ ਰਸ ਜਿਵੇਂ ਗੁਰਮਖ ਵਿਚਾਰ ਕਰ ਰਿਆ ਸੀਗੇ ਕਿ ਗੁਰਮਖ ਸ਼ਬਦ ਦਾ ਅਭਿਆਸ ਕਰਕੇ ਆਪਦੇ ਅੰਦਰ ਅੰਮ੍ਰਿਤ ਇੰਨਾ ਇਕੱਠਾ ਕਰ ਲੈਂਦੇ ਨੇ ਆਪਦੇ ਅੰਦਰ ਉਸ ਨਾਮ ਦੀ ਠੰਡਕ ਇੰਨੀ ਇਕੱਠੀ ਕਰ ਲੈਂਦੇ ਆ ਜਦੋਂ ਕਾਲ ਆਪਦੇ ਪਾਪ ਦੀਆਂ ਆਪਦੇ ਅਗਣ ਦੀਆਂ ਤੀਰ ਸਾਡੇ ਉੱਪਰ ਚਲਾਉਂਦਾ ਹੈ ਉਹਨਾਂ ਦੇ ਅੰਦਰ ਅੰਮ੍ਰਿਤ ਇੰਨਾ ਇਕੱਠਾ ਹੋਇਆ ਹੁੰਦਾ ਵੀ ਉਹ ਤੀਰ ਅਸਰ ਨਹੀਂ ਕਰਦੇ ਜੇ ਜਾਲ ਦਾ ਭੰਡਾਰਾ ਇਕੱਠਾ ਹੋਇਆ ਹੋਵੇਗਾ ਤੇ ਉਹ ਵੱਲਦੀ ਹੋਈ ਅਗਨ ਨੂੰ ਬੁਝਾ ਦਿੰਦਾ ਹੈ ਜਿਵੇਂ ਅਗਨ ਲੱਗ ਜਾਵੇ ਕਿਸੇ ਪਾਸੇ ਕਿਸੇ ਘਰ ਵਿੱਚ ਲੱਗ ਜਾਵੇ ਜੰਗਲ ਵਿੱਚ ਲੱਗ ਜਾਵੇ ਉਹਦੇ ਉੱਤੇ ਜਲ ਛਿੜਕਿਆ ਜਾਂਦਾ ਏਸੇ ਤਰੀਕੇ ਜਿਹੜੇ ਸਾਡੇ ਮਨ ਦੇ ਵਿੱਚ ਵਿਚਾਰਾਂ ਦੀ ਅਗਨ ਲੱਗਦੀ ਹੈ ਸਾਡੇ ਤਨ ਦੇ ਵਿੱਚ ਜਿਹੜੀ ਫੁਰਨਿਆਂ ਦੀ ਕਰਮ ਦੀ ਅਗਨ ਲੱਗਦੀ ਏ ਆਪਸੀ ਸੰਸਾਰੀ ਰਿਸ਼ਤਿਆਂ ਦੀ ਅਗਨ ਲੱਗਦੀ ਏ ਇਹ ਵੀ ਅੰਮ੍ਰਿਤ ਰਸ ਤੋਂ ਬਿਨਾਂ ਨਹੀਂ ਬੁਝਦੀ ਇਹਦੇ ਉੱਪਰ ਵੀ ਜਲ ਪਾਉਣਾ ਪੈਂਦਾ ਦੁਨਿਆਵੀ ਜਲ ਨਹੀਂ ਵੀ ਆਪਾਂ ਆਮ ਦੇਖੀ ਹੈ ਨਾ ਕਿਸੇ ਨੂੰ ਗੁੱਸਾ ਚੜ ਜਾਵੇ ਕਹਿੰਦੇ ਆ ਲੋ ਜੀ ਠੰਡਾ ਜਲ ਛਕ ਲੋ ਉਹ ਠੰਡਾ ਜਲ ਜਾ ਕੇ ਅੰਦਰੋਂ ਕੋ ਨਾੜਾਂ ਨੂੰ ਠੰਡਕ ਦਿੰਦਾ ਹੈ ਕੋ ਜਿਸਮ ਨੂੰ ਠੰਡਕ ਦਿੰਦਾ ਹੈ ਤੇ ਹੋ ਸਕਦਾ ਵੀ ਇਹਦੀ ਕੋ ਅਗਨ ਜਿਹੜੀ ਇਹ ਠਹਿਰ ਥੋੜੇ ਸਮੇਂ ਦੇ ਲਈ ਇਹਦੀ ਜੋ ਕਰੋਧ ਦੀ ਅੰਦਰ ਅਗਨ ਭੜਕੀ ਹੈ ਸ਼ਾਂਤ ਹੋ ਜਾਵੇ ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਬਾਹਰੀ ਜਲ ਜਿਹੜਾ ਹੈ ਹੋ ਸਕਦਾ ਕੁਝ ਸਮੇਂ ਦੇ ਲਈ ਵਲਦੀ ਹੋਈ ਅਗਨ ਨੂੰ ਬੁਝਾ ਦੇਵੇ ਪਰ ਜੇਕਰ ਅਸੀਂ ਚਾਹੁੰਦੇ ਹਾਂ ਵੀ ਇਹ ਅਗਣ ਸਾਡੇ ਤੋਂ ਖਤਮ ਹੀ ਹੋ ਜਾਣ ਪੱਕੇ ਤੌਰ ਤੇ ਹੀ ਅਗਣ ਖਤਮ ਹੋ ਜਾਵੇ ਤਾਂ ਫਿਰ ਇਹ ਅੰਮ੍ਰਿਤ ਇਹ ਜਲ ਜਿਹੜਾ ਹੈ ਇਹ ਫਿਰ ਮਾਲਕ ਸੱਚੇ ਪਾਤਸ਼ਾਹ ਦੀ ਹੱਥ ਤੋਂ ਮਿਲਦਾ ਹੈ ਉਹ ਜਲ ਤੁਸੀਂ ਲੈ ਕੇ ਛਿੜਕੋ ਉਸ ਦੇ ਨਾਲ ਇਹ ਪੱਕੇ ਤੌਰ ਤੇ ਤੁਹਾਡੀ ਅਗਣ ਬੁਝ ਜਾਊਗੀ ਜਿੰਨੋਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਨਾ ਬਾ ਵਿਹਾ ਏਬ ਤੇਰੀ ਤਿਖਾ ਨਾ ਉਤਰੇ ਜੇ ਸੋਕ ਰਹਿ ਪੁਕਾਰ ਬਬੀਆ ਕਹਿੰਦੇ ਨੇ ਮੰਨੋ ਕਹਿੰਦੇ ਜਿੰਨੀ ਮਰਜੀ ਤੂੰ ਰੋਈ ਜਾ ਵੀ ਮੈਨੂੰ ਗੁੱਸਾ ਬਹੁਤ ਆਉਂਦਾ ਜੀ ਇਹਦਾ ਇਲਾਜ ਦੱਸੋ ਮੈਨੂੰ ਲੋਭ ਬਹੁਤ ਆਉਂਦਾ ਜੀ ਇਹਦਾ ਇਲਾਜ ਦੱਸੋ ਮੈਨੂੰ ਕਾਮ ਬੜਾ ਚੜਦਾ ਜੀ ਇਹਦਾ ਇਲਾਜ ਦੱਸੋ ਕਹਿੰਦੇ ਬਬੀਹਾ ਏਬ ਤੇਰੀ ਤਿਖਾ ਨਾ ਉਤਰੇ ਐਵੇਂ ਤ੍ਰਿਸ਼ਨਾ ਨਹੀਂ ਉਤਰਨੀ ਜਿਵੇਂ ਤੂੰ ਗੱਲਾਂ ਕਰਦਾ ਚਾਹੇ ਯੋਗਾ ਕਰ ਲਾ ਚਾਹੇ ਲੋਮ ਬਲੋਮ ਕਰ ਲਾ ਚਾਹੇ ਸੈਰ ਕਰ ਲਾ ਚਾਹੇ ਕਸਰਤ ਕਰ ਲਾ ਚੈ ਇੱਕ ਟਾਈਮ ਦਾ ਭੋਜਨ ਛੱਡ ਕੇ ਦੇਖ ਲਾ ਚੈ ਰਾਤ ਨੂੰ ਨਾ ਖਾ ਚ ਦੇਣਾ ਨਾ ਖਾ ਚ ਸੈਰ ਕਰ ਚ ਘੱਟ ਸੌ ਚ ਵੱਧ ਸੌ ਇਸ ਤਰ੍ਹਾਂ ਨਹੀਂ ਇਹ ਵਿਚਾਰ ਲੋਟ ਆਉਂਦੇ ਹੁੰਦੇ ਕਹਿ ਭਗਵੇਂ ਵਸਤਰ ਪਾ ਲੋ ਤੇ ਜੰਗਲਾਂ ਚ ਚਲੇ ਜਾਓ ਬਾ ਬੀਹਾ ਏਬ ਤੇਰੀ ਤਿਖਾ ਨਾ ਉਤਰੇ ਜੇ ਸੋ ਕਰੈ ਪੁਕਾਰ ਨਦਰੀ ਸਤਗੁਰ ਪਾਈਐ ਨਦਰੀ ਉਪਜੈ ਪਿਆਰ ਨਾਨਕ ਸਾਹਿਬ ਮਨ ਵਸੈ ਵਿੱਚੋਂ ਜਾਏ ਵਿਕਾਰ ਜਦੋਂ ਸਾਹਿਬ ਨੂੰ ਤੂੰ ਮਨ ਦੇ ਵਿੱਚ ਵਸਾ ਲੇਂਗਾ ਵਿਚਾਰਾਂ ਨੂੰ ਛੱਡ ਕੇ ਉਸ ਮਾਲਕ ਦੇ ਗੁਰੂ ਦੇ ਮੰਤਰ ਨੂੰ ਉਸ ਮਾਲਕ ਦੇ ਨਾਮ ਨੂੰ ਵਸਾਏਂਗਾ ਉਸ ਦੀ ਉਸਤਤ ਨੂੰ ਕਰ ਕਰਕੇ ਮਨ ਦੇ ਵਿੱਚ ਵਸਾ ਲੇਂਗਾ ਉਹ ਅੰਮ੍ਰਿਤ ਤੇਰੇ ਰੋਮਾਂ ਦੇ ਵਿੱਚ ਆ ਜਾਏਗਾ ਫਿਰ ਇਹ ਵਿਕਾਰ ਵਿੱਚੋਂ ਨਿਕਲਦੇ ਨੇ ਅੱਗ ਦੇ ਵਿੱਚ ਤਾਂ ਅੱਗ ਅੱਗ ਹੁਣ ਲੱਗੀ ਹੋਈ ਏ ਤੇ ਉਹਦੇ ਵਿੱਚ ਲਿਆ ਕੇ ਹੋਰ ਅੱਗ ਉਹਦੇ ਬਰਾਬਰ ਤੇ ਅੱਗ ਬਾਲ ਦਿੱਤੀ ਜਾਵੇ ਤੇ ਅੱਗ ਅੱਗ ਨੂੰ ਥੋੜੀ ਨਾ ਕੱਟ ਸਕਦੀ ਹੈ ਅੱਗ ਦੇ ਉੱਪਰ ਤਾਂ ਜਲ ਪਾਉਣਾ ਪਏਗਾ ਹੁਣ ਪਹਿਲੋ ਵਿਚਾਰ ਨੇ ਉਹ ਵਿਚਾਰਾਂ ਵਿੱਚ ਹੋਰ ਵਿਚਾਰ ਦੇ ਤੇ ਉਹ ਵਿਚਾਰਾਂ ਵਿੱਚ ਹੋਰ ਵਿਚਾਰ ਦੇ ਦਿੱਤੇ ਪਰ ਕੋਈ ਇਹ ਇਲਾਜ ਹੀ ਨਹੀਂ ਦੱਸਦਾ ਕਿ ਜਿਹੜੇ ਤੇਰੇ ਅੰਦਰ ਵਿਚਾਰਾਂ ਦੀ ਅਗਣ ਲੱਗੀ ਹੋਈ ਹੈ ਇਹ ਬੰਦ ਕਿਵੇਂ ਹੋਵੇ ਸਗੋਂ ਅੱਗੋ ਹੋਰ ਵਿਚਾਰ ਦੇ ਦਿੰਦੇ ਨੇ ਪਰਿਵਾਰ ਵਾਲੇ ਸੰਗੀ ਸਾਥੀ ਰਿਸ਼ਤੇਦਾਰ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਇਸ ਤਰ੍ਹਾਂ ਦੀ ਤ੍ਰਿਸ਼ਨਾਵਾਂ ਉੱਤਰਦੀਆਂ ਹੁੰਦੀਆਂ ਬਬੀਹਾ ਅੰਮ੍ਰਿਤ ਵੇਲੇ ਬੋਲਿਆ ਤਾਂ ਦਰ ਸੁਣੀ ਪੁਕਾਰ ਮੇਘੇ ਨੂੰ ਫਰਮਾਨ ਹੋਆ ਵਰਸੋ ਕਿਰਪਾ ਧਾਰ ਬਬੀਹਾ ਕੌਣ ਹੈ ਜੀ ਮਨ ਇਸ ਸਹਜ ਦੇ ਵਿੱਚ ਜਾ ਕੇ ਜਿੱਥੇ ਵਿਚਾਰਾਂ ਤੋਂ ਰਹਿਤ ਹੋ ਕੇ ਦਰ ਦੇ ਉੱਤੇ ਜਦੋਂ ਪੁਕਾਰ ਦਿੰਦਾ ਨਾ ਬਬੀਹਾ ਅੰਮ੍ਰਿਤ ਵੇਲੇ ਬੋਲਿਆ ਤਾਂ ਦਰ ਸੁਣੀ ਪੁਕਾਰ ਅੰਮ੍ਰਿਤ ਵੇਲੇ ਤੋਂ ਭਾਵੇਂ ਜਦੋਂ ਅਸੀਂ ਸੰਗਤ ਦੇ ਵਿੱਚ ਚਲੇ ਜਾਂਦੇ ਆ ਗੁਰਮਖੰਦ ਦੀ ਸਾਥ ਦੇ ਵਿੱਚ ਬੈਠਦੇ ਆ ਉਹ ਸ਼ਬਦ ਦੀ ਵਿਚਾਰ ਸਾਨੂੰ ਸੁਣਾਉਂਦੇ ਆ ਜਿਵੇਂ ਆਹ ਹੁਣ ਅਮਰਤ ਵੇਲਾ ਆ ਯਾਰ ਤੁਸੀਂ ਹੁਣ ਬੈਠੇ ਹੋਏ ਆ ਉਹਨਾਂ ਦੀ ਵਿਚਾਰ ਸੁਣ ਕੇ ਸਿਮਰਨ ਕਰਕੇ ਉਹਨਾਂ ਨਾਲ ਮਨ ਸ਼ਾਂਤ ਹੋ ਜਾਂਦਾ ਤੇ ਸਰੀਰ ਦੇ ਵਿੱਚ ਇੱਕ ਠੰਡਕ ਪੈਦਾ ਹੋ ਜਾਂਦੀ ਹੈ ਸ਼ਾਂਤੀ ਆ ਜਾਂਦੀ ਹੈ ਉਹ ਅਮਰਤ ਵੇਲਾ ਬਣ ਜਾਂਦਾ ਫਿਰ ਮਨ ਨੂੰ ਸਹਿਜ ਵਿੱਚ ਲਿਜਾ ਕੇ ਜਦੋਂ ਅੰਤਰਗਤ ਦਰ ਦੇ ਉੱਤੇ ਪੁਕਾਰਾਂ ਕਰੀਦੀਆਂ ਨੇ ਤਾਂ ਦਰ ਸੁਣੀ ਪੁਕਾਰ ਫਿਰ ਕਹਿੰਦੇ ਗੁਰੂ ਸਾਹਿਬ ਕਿਰਪਾ ਕਰ ਦਿੰਦੇ ਨੇ ਮੇਘੇ ਨੂੰ ਫਰਮਾਨ ਹੋ ਗਿਆ ਫੇਰ ਉਹ ਜਿਹੜੇ ਅੰਮ੍ਰਿਤ ਜਲ ਦੇ ਮੇਘ ਨੇ ਨਾ ਜਿਵੇਂ ਬਾਹਰ ਅਰਦਾਸਾਂ ਬੇਨਤੀਆਂ ਕਰੀਦੀਆਂ ਨੇ ਸੋਕਾ ਪੈ ਗਿਆ ਜੀ ਸਾਡੇ ਪਿੰਡ ਮੀਂਹ ਨਹੀਂ ਪੈਂਦਾ ਜੀ ਫਸਲ ਮੀਂਹ ਮੰਗਦੀ ਹੈ ਜੀ ਧਰਤੀ ਮੀਂਹ ਮੰਗਦੀ ਹੈ ਜੀ ਆਪ ਤੁਸੀਂ ਦੇਖੋ ਹਮਸਾਦੇ ਦਿਨਾਂ ਦੇ ਵਿੱਚ ਜਿੰਨਾ ਚਿਰ ਮੀਂਹ ਨਾ ਆਵੇ ਸਾਰੀਆਂ ਜਿਹੜੀਆਂ ਡੱਡੀਆਂ ਟਟੀਆਂ ਡੱਡੂ ਹੈ ਜੀ ਜਿੰਨੇ ਵੀ ਰੁੱਖ ਬਿਰਖ ਨੇ ਸਾਰੇ ਇੱਕ ਭੁਮਸ ਬਣ ਜਾਂਦੀ ਹੈ ਤੇ ਕਿੰਨੀ ਤਪਸ਼ ਪੈਦਾ ਹੋ ਜਾਂਦੀ ਹੈ ਤੇ ਹਰ ਇੱਕ ਜੀ ਜਿਹੜਾ ਹੈ ਉਹ ਪੁਕਾਰ ਕਰਦਾ ਤੇ ਫਿਰ ਉਹ ਆਪਾਂ ਦੇਖਦੇ ਹਾਂ ਸੌਣ ਦੇ ਦਿਨਾਂ ਦੇ ਵਿੱਚ ਭਾਦਰੋ ਦਿਨਾਂ ਦੇ ਵਿੱਚ ਨਹੀਂ ਪੈਂਦਾ ਉਸੇ ਤਰੀਕੇ ਹੀ ਜਦੋਂ ਫਿਰ ਸਾਡਾ ਰੋਮ ਰੋਮ ਮਹਿਸੂਸ ਕਰਦਾ ਹੈ ਇਹ ਸੱਚੇ ਪਾਤਸ਼ਾਹ ਕਿਰਪਾ ਕਰੋ ਅੰਮ੍ਰਿਤ ਜਲ ਦਿਓ ਮਨ ਮਹਿਸੂਸ ਕਰਦਾ ਹੈ ਮਨ ਦੇ ਨਾਲ ਤਨ ਦਾ ਰੋਮ ਰੋਮ ਮਹਿਸੂਸ ਕਰਦਾ ਹੈ ਇਹ ਸਾਰਾ ਪਰਿਵਾਰ ਰਲ ਮਿਲ ਕੇ ਸ਼ਬਦ ਦਾ ਅਭਿਆਸ ਕਰਦੇ ਨੇ ਔਰ ਮਾਲਕ ਕੋ ਸੱਚੇ ਪਾਤਸ਼ਾਹ ਨੂੰ ਦਰ ਤੇ ਪੁਕਾਰਾਂ ਕਰਦੇ ਨੇ ਤੇ ਫਿਰ ਕਹਿੰਦੇ ਉਹ ਬੜਾ ਵੱਡਾ ਦਿਆਲੂ ਹੈ ਕਿਰਪਾਲੂ ਹੈ ਉਹ ਫਿਰ ਮੇਘਾ ਨੂੰ ਇਹ ਨਹੀਂ ਕੋਈ ਇੱਕ ਦੋ ਛਿੱਟਾਂ ਭੇਜਦਾ ਉਹ ਜਿਹੜੇ ਅੰਮ੍ਰਿਤ ਦੇ ਮੇਘ ਨੇ ਕਿਉਂਕਿ ਮਹਾਰਾਜ ਨੇ ਕਿਹਾ ਨਾ ਹਰ ਅੰਮ੍ਰਿਤ ਭਰੇ ਭੰਡਾਰ ਘਰ ਸਭ ਕੁਝ ਇਸਕੇ ਹੈ ਬਲਰਾਮ ਜੀ ਅੰਮ੍ਰਿਤ ਦੇ ਭੰਡਾਰੇ ਨੇ ਕੋ ਦੋ ਚਾਰ ਬੂੰਦਾ ਨਹੀਂ ਹੈਗੀਆਂ ਭੰਡਾਰੇ ਨੇ ਉਹਦੇ ਘਰ ਉਹ ਕਹਿੰਦੇ ਮੇਘਾ ਨੂੰ ਫਰਮਾਨ ਹੋਆ ਵਰਸੋ ਕਿਰਪਾਤਾਰ ਕਰ ਦਿਓ ਕਿਰਪਾ ਬਰਸੋ ਪੂਰਾ ਬਰਸੋ ਮੇਰੇ ਬੱਚਿਆਂ ਤੇ ਉਹ ਹੁਣ ਜਦੋਂ ਮੇਘ ਨੂੰ ਫਰਮਾਨ ਹੋ ਗਿਆ ਹੁਣ ਮੇਘ ਜਿਹੜੇ ਨੇ ਅੰਮ੍ਰਿਤ ਜਲ ਦੇ ਭਰੇ ਹੋਏ ਉਹ ਕਹਿੰਦੇ ਮੇਘੇ ਨੂੰ ਫਰਮਾਨ ਹੋਆ ਵਰਸੋ ਕਿਰਪਾਤਾ ਕਰ ਦਿਓ ਕਿਰਪਾ ਇਹਨਾਂ ਬੱਚਿਆਂ ਤੇ ਤੇ ਫਿਰ ਜਿਹੜੇ ਮੇਘ ਨੇ ਉਹ ਆ ਕੇ ਵਰਸਣਾ ਸ਼ੁਰੂ ਕਰ ਦਿੰਦੇ ਹਾਂਜੀ ਆਵਾਜ਼ ਆ ਰਹੀ ਸਾਰੇ ਗੁਰਮਖਾਂ ਨੂੰ ਆਵਾਜ਼ ਆ ਰਹੀ ਹੈ ਦੱਸੋ ਵੀ ਦੱਸੋ ਵੈਜੀ ਆਈ ਬਰ ਕਰੀਏ ਬਚਨ ਸ਼ੁਰੂ ਕਿੱਥੋਂ ਕਿੱਥੋਂ ਤੱਕ ਆ ਰਹੀ ਹੈ ਆਵਾਜ਼ ਵਿੱਚੋਂ ਕੱਟੀ ਤਾਂ ਨਹੀਂ ਗਈ ਅੱਛਾ ਇਹਨਾਂ ਵਿੱਚ ਗੁਰਮੁਖ ਮੈਸੇਜ ਕਰਨ ਲੱਗ ਜਾਂਦੇ ਨੇ ਸਾਨੂੰ ਆਉਂਦੀ ਨਹੀਂ ਆਵਾਜ਼ ਉਹ ਇੱਕ ਅੱਦੇ ਨੂੰ ਨਹੀਂ ਆਉਂਦੀ ਉਹ ਸਾਰਿਆਂ ਦਾ ਹੀ ਕੰਮ ਖਰਾਬ ਕਰ ਦਿੰਦਾ ਠੀਕ ਹੈ ਠੀਕ ਸਤਿਮੁੱਚ ਇੱਕ ਨੂੰ ਨਹੀਂ ਆਉਂਦੀ ਉਹ ਫਿਰ ਸਾਰਿਆਂ ਦਾ ਕਰ ਦਿੰਦਾ ਕੰਮ ਮਹਾਰਾਜ ਸੱਚੇ ਪਾਤਸ਼ਾਹ ਫਿਰ ਕਹਿੰਦੇ ਮੇਹਕੇ ਨੂੰ ਫਰਮਾਨ ਹੋਆ ਵਰਸੋ ਕਿਰਪਾ ਧਾਰ ਉਹਨਾਂ ਨੇ ਫਰਮਾਨ ਕਰ ਦਿੱਤਾ ਵੀ ਮੇਰੇ ਬੱਚੇ ਦੀ ਤਰੀਖਾ ਜਿਹੜੀ ਐ ਹਰ ਤਰੀਖਾ ਨਾ ਉਤਰੇ ਸ਼ਾਂਤ ਨਾ ਆਵੇ ਬਿਨ ਦੇਖੇ ਦਰਸ਼ਨ ਪੈ ਰਹੇ ਜੀ ਹੁਣ ਸਾਨੂੰ ਤਰੀਖਾ ਨਹੀਂ ਉਤਰਦੀ ਵੀ ਸ਼ਾਂਤੀ ਨਹੀਂ ਆਉਂਦੀ ਵੀ ਕਿਰਪਾ ਕਰ ਦਿਓ ਸਾਡੇ ਤੇ ਫਿਰ ਕਹਿੰਦੇ ਜਦੋਂ ਮੇਘ ਵਰਸੇ ਫਿਰ ਕਹਿੰਦੇ ਹਾਂ ਤਿੰਨ ਕੇ ਬਲੇ ਹਾਰਨੇ ਜਿੰਨੀ ਸੱਚ ਰੱਖਿਆ ਔਰ ਧਾਰ ਨਾਨਕ ਨਾਮੇ ਸਭ ਹਰਿਆਵਲੀ ਗੁਰ ਕੇ ਸ਼ਬਦ ਵਿਚਾਰ ਸਾਰੇ ਪਾਸੇ ਹਰਿਆ ਕਰ ਦਿੰਦੇ ਨੇ ਜਿਵੇਂ ਜਦੋਂ ਜੋਰ ਦੀ ਕਿਰਪਾ ਹੋ ਜਾਵੇ ਜੋਰ ਦੀ ਬੜਾ ਵੱਡਾ ਮੇਹਗਾ ਕੇ ਬਰਸ ਜਾਵੇ ਤੇ ਇੱਕ ਵਾਰ ਸਾਰੀ ਬਰਸਪਤੀ ਧੋਤੀ ਜਾਂਦੀ ਹੈ ਸਾਰੇ ਮਕਾਨ ਸੜਕਾਂ ਟਿੱਬੇ ਟੋਏ ਸਭ ਇੱਕ ਵਾਰ ਹੀ ਹੋ ਜਾਂਦੇ ਉਦੋਂ ਫਿਰ ਜਦੋਂ ਕਿਰਪਾ ਹੁੰਦੀ ਹੈ ਉਹ ਫਿਰ ਸੁਰਤੀ ਜਿੰਦੇ ਮੁਖ ਵਿੱਚ ਵੀ ਅੰਮ੍ਰਿਤ ਆ ਗਿਆ ਰੋਮ ਰੋਮ ਦੇ ਉੱਪਰ ਬਾਹਰੋਂ ਅੰਮ੍ਰਿਤ ਵਰਖਾ ਹੋਣੀ ਸ਼ੁਰੂ ਹੋ ਗਈ ਤੇ ਰੋਮ ਰੋਮ ਦੇ ਵਿੱਚ ਉਹਦੇ ਅੰਮ੍ਰਿਤ ਆ ਗਿਆ ਬਾਹਰ ਵੀ ਹਰ ਪਾਸੇ ਉਹ ਸਾਰੇ ਪਾਸੇ ਦੇਖ ਲਈ ਆ ਵੀ ਅੰਮ੍ਰਿਤ ਦੀ ਛੈਰ ਲੱਗ ਗਈ ਆ ਉਹ ਫਿਰ ਇਸ ਤਰ੍ਹਾਂ ਅੰਮ੍ਰਿਤ ਦੇ ਨਾਲ ਜਿਹੜੀ ਰੱਜੀ ਹੋਈ ਕਹਿੰਦੀ ਐ ਸਾਵਣ ਸਰਸੀ ਕਾਮਣੀ ਗੁਰ ਸ਼ਬਦ ਵਿਚਾਰ ਨਾਨਕ ਸਦਾ ਸੁਹਾਗਣੀ ਗੁਰ ਕੇ ਹੇਤ ਅਪਾਰ ਕਹਿੰਦੇ ਫਿਰ ਜਿਹੜਾ ਸਾਹਮਣ ਲੱਗਾ ਨਾ ਅੰਮ੍ਰਿਤ ਰਸ ਜਿਵੇਂ ਸੌਣ ਦੇ ਵਿੱਚ ਕਈ ਕਈ ਦਿਨ ਮੀਂਹ ਦੀ ਝੜੀ ਲੱਗ ਜਾਂਦੀ ਆ ਤੇ ਮੀਂਹ ਰੁਕਦਾ ਹੀ ਨਹੀਂ ਗੇ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਾਵਣ ਸਰਸੀ ਕਾਮਣੀ ਗੁਰ ਸਬਦੀ ਵਿਚਾਰ ਨਾਨਕ ਸਦਾ ਸੁਹਾਗਣੀ ਗੁਰ ਕੇ ਹੇ ਦਾਤਾਰ ਜਦੋਂ ਮੇਗਾ ਨੂੰ ਫਰਮਾਨ ਹੋ ਗਿਆ ਨਾ ਸ਼ਬਦ ਦਾ ਅਭਿਆਸ ਹੋਇਆ ਜਿਵੇਂ ਗੁਰਮਖ ਵਿਚਾਰ ਕਰਦੇ ਸੀ ਉਹ ਅੰਮ੍ਰਿਤ ਮੁਖ ਵਿੱਚੋਂ ਨਹੀਂ ਆਉਂਦਾ ਉਹ ਸਾਡੇ ਨੇਤਰਾਂ ਤੇ ਸਾਡੇ ਕੰਨਾਂ ਵਿੱਚ ਸਾਡੇ ਰੋਮ ਰੋਮ ਦੇ ਵਿੱਚ ਐਨਾ ਫਿਰ ਛੇਬਰ ਲੱਗ ਜਾਂਦੀ ਏ ਉਸ ਅੰਮ੍ਰਿਤ ਦੀ ਕਿ ਸਾਵਣ ਦੇ ਮਹੀਨੇ 'ਚ ਜਿਵੇਂ ਮੀਂਹ ਪੈਂਦਾ ਨਾ ਪਰ ਹੁੰਦਾ ਕਿਥੇ ਆ ਕਿਹੜੀ ਅਵਸਥਾ ਦੇ ਵਿੱਚ ਜਾ ਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ ਹੁੰਦਾ ਉਹ ਜਦੋਂ ਉਹਨਾਂ ਭਾਈਆਂ ਤੇ ਵੀਰਾਂ ਦੇ ਨਾਲ ਜਾ ਕੇ ਪਰ ਰਲ ਜਾਂਦੇ ਆ ਓਨੀ ਦੇਰ ਤੱਕ ਤਾਂ ਜਿੰਨੀ ਦੇਰ ਤੱਕ ਸੰਗਤ ਵਿੱਚ ਬੰਦਾ ਨਹੀਂ ਜਾਂਦਾ ਜਿੰਨੀ ਦੇਰ ਤੱਕ ਉਹ ਅਭਿਆਸ ਨਹੀਂ ਕਰਦਾ ਉਹਦੇ ਉੱਤੇ ਅਮਰਤ ਨਹੀਂ ਨਾ ਆਉਂਦਾ ਉਹਨੂੰ ਇਹ ਪਤਾ ਹੀ ਨਹੀਂ ਹੁੰਦਾ ਵੀ ਮੇਰੇ ਵਿੱਚ ਕਮੀ ਕੀ ਹੈ ਮੇਰੇ ਵਿੱਚ ਕਿਉਂ ਇਹ ਭੜਕਣੀ ਲੱਗੀ ਹੋਈ ਹੈ ਕਿਉਂ ਮੈਨੂੰ ਇੱਕ ਜਗ੍ਹਾ ਦੇ ਉੱਤੇ ਜਿੱਥੇ ਮੈਂ ਠਹਿਰਾਵ ਕਰਾਂ ਠਹਿਰਾਵ ਨਹੀਂ ਆਉਂਦਾ ਨਾ ਚੱਜ ਨਾਲ ਨੀਂਦ ਆਉਂਦੀ ਐ ਨਾ ਚੱਜ ਨਾਲ ਤੁਰਿਆ ਫਿਰਿਆ ਜਾਂਦਾ ਫੁਰਨੇ ਵਧੇ ਰਹਿੰਦੇ ਬੰਦੇ ਦਾ ਮਨ ਨੈਗੇਟਿਵ ਹੋਇਆ ਰਹਿੰਦਾ ਮਹਾਰਾਣੀ ਗੁਰਬਾਣੀ ਵਿੱਚ ਇਹ ਗੱਲ ਕਹੀ ਐ ਚਾਤਰਕ ਤੂੰ ਨਾ ਜਾਣਣੀ ਕਿਆ ਤੁਦ ਵਿੱਚ ਤਿਖਾ ਹੈ ਕਿਤ ਪਿੱਤੇ ਤਿਖਾਏ ਜਾਏ ਉਹ ਜਿਹੜਾ ਮਨਮੁਖ ਜੀਵ ਹੁੰਦਾ ਨਾ ਜਦੋਂ ਆ ਕੇ ਉਹ ਕਹਿੰਦਾ ਮੇਰੇ ਫੁਰਨੇ ਬੜੇ ਵੱਧੇ ਆ ਜੀ ਮੈਨੂੰ ਚੈਣ ਨਹੀਂ ਆਉਂਦਾ ਜੀ ਮੈਂ ਧਿਆਨ ਲਾਵਾਂ ਮੇਰਾ ਤਾਂ ਸਿਮਰਨ ਨਹੀਂ ਹੁੰਦਾ ਜੀ ਮੈਨੂੰ ਪਤਾ ਨਹੀਂ ਕੀ ਹੁੰਦਾ ਜੀ ਮੈਨੂੰ ਨੀਂਦ ਵੀ ਨਹੀਂ ਆਉਂਦੀ ਜੀ ਕਦੇ ਮੈਨੂੰ ਐ ਹੋ ਜਾਂਦਾ بڑے ਉਹਦੇ ਵਿਚਾਰ ਹੁੰਦੇ ਆ بڑے ਵਿਚਾਰ ਹੁੰਦੇ ਤੇ ਗੁਰਮੁਖ ਕਹਿੰਦੇ ਨੇ ਸਿਮਰਨ ਕਰੋ ਉਹ ਵੀ ਹੈਰਾਨ ਹੁੰਦਾ ਕਿ ਮੈਂ ਇਹਨਾਂ ਨੂੰ ਇੰਨੀਆਂ ਗੱਲਾਂ ਸੁਣਾਉਣਾ ਪਿਆ ਤੇ ਇਹ ਕਹਿੰਦੇ ਨੇ ਗੁਰਮੱਤਰ ਦਾ ਅਭਿਆਸ ਕਰ ਲੋ ਸਿਮਰਨ ਕਰੋ ਤੀਜੇ ਪਾਸ਼ਾ ਕਹਿੰਦੇ ਨੇ ਚਾਤਰਕ ਤੂੰ ਨਾ ਜਾਣਹੀਂ ਕਿਆ ਤੁਦ ਵਿੱਚ ਤਿਖਾ ਹੈ ਕਿਤ ਪੀਤੇ ਤਿਖ ਜਾਏ ਦੂਜੇ ਭਾਏ ਭਰਮਿਆ ਅਮਰਤ ਜਲ ਪੱਲੇ ਨਾ ਪਾਏ ਕਹਿੰਦੇ ਤੂੰ ਹੋਰ ਹੀ ਗੱਲਾਂ ਵਿੱਚ ਕਿਤਾਬਾਂ ਪੜ੍ਹ-ਪੜ ਕੇ ਗਿਆਨ ਸੁਣ-ਸੁਣ ਕੇ ਅਗਿਆਨੀਆਂ ਦੇ ਵਸ ਪੈ-ਪੈ ਕੇ ਤੂੰ ਪੈ ਗਿਆ ਗੱਲਾਂ-ਬਾਤਾਂ ਵਿੱਚ ਆ ਕਿਤੇ ਇੱਥੇ ਬੈਠ ਕੇ ਸਾਡੇ ਨਾਲ ਆ ਬੈਠੇ ਕਿੰਨੇ ਸੰਤ ਪਿਆਰੇ ਇਹਨਾਂ ਵਿੱਚ ਬੈਠ ਕੇ ਕਰ ਅਭਿਆਸ ਤੇ ਜਦੋਂ ਅਮਰਤ ਰਸ ਦੀਆਂ ਛਿਟਾਂ ਆਉਣ ਗਿਆ ਅਮਰਤ ਰਸ ਦੀਆਂ ਬੂੰਦਾ ਤੇਰੇ ਉੱਤੇ ਪੈਣ ਗਿਆ ਮੁੱਖ ਵਿੱਚ ਆਊਗਾ ਤੇ ਵੇਖੀ ਫਿਰ ਕਿੱਧਰ ਜਾਂਦੇ ਤੇਰੇ ਫੁਰਨੇ ਤੇ ਕਿੱਧਰ ਜਾਂਦੀਆਂ ਤੇਰੀਆਂ ਗੱਲਾਂ-ਬਾਤਾਂ ਹੁਣ ਗੁਰਮਖ ਅਭਿਆਸ ਕਰਦੇ ਨੇ ਤੇ ਜਦੋਂ ਕਿਤੇ ਵਿਚਾਰ ਕਰਨਗੇ ਫੋਨ ਕਰਨਗੇ ਕਹਿਣਗੇ ਜੀ ਸਾਡਾ ਮਨ ਨਹੀਂ ਲੱਗਦਾ ਸਾਡਾ ਇਸ ਤਰ੍ਹਾਂ ਹੋ ਗਿਆ ਸੀ ਥੋੜਾ ਟਾਈਮ じゃ ਇੱਕ ਪ੍ਰਕਾਸ਼ ਆਇਆ ਫਿਰ ਮੈਂ ਖੱਬੇ ਪਾਸੇ ਹੋ ਗਿਆ ਫਿਰ ਮੈਂ ਕਿਸੇ ਗੁਫਾ ਵਿੱਚ ਵੜ ਗਿਆ ਫਿਰ ਮੈਂ ਗੋਲ-ਗੋਲ ਘੁੰਮਣ ਲੱਗ ਗਿਆ ਫਿਰ ਮੇਰਾ ਸਰੀਰ ਹਿੱਲਣ ਲੱਗ ਗਿਆ ਤੇ ਜੇ ਪੁੱਛੀ ਅਭਿਆਸ ਕਿੰਨੀ ਦੇਰ ਕਰਦੇ ਹੋ ਤੁਰਦੇ ਫਿਰਦੇ ਕਰੀਦਾ ਜੀ ਬੈਠ ਕੇ ਚਲੋ ਜਿੰਨਾ ਕ ਹੋ ਜਾਂਦਾ ਫਿਰ ਵੀ ਕਿੰਨਾ ਕ ਹੋ ਜਾਂਦਾ ਜੀ 15-20 ਮਿੰਟ ਦਾ ਘੰਟਾ ਹੋਪਲਾ 24 ਘੰਟਿਆਂ ਦੇ ਫੁਰਨੇ ਅੱਧੇ ਘੰਟੇ ਵਿੱਚ ਭਲਾ ਹੋ ਸਕਦਾ 23 ਘੰਟੇ ਬੰਦਾ ਝੂਠ ਮਾਰੇ ਮਾਲਕ ਤੋਂ ਬੇਮੁਖ ਹੋ ਕੇ ਤੁਰਦਾ ਉਹਨੂੰ ਝੂਠਾ ਹੀ ਕਹਿੰਦੇ 22 ਘੰਟੇ 20 ਘੰਟੇ ਚਲ 4 ਵੀ ਲਾ ਲੈਨੇ ਆ 20 ਘੰਟੇ ਦਾ ਮਾਲਕ ਤੋਂ ਬੇਮੁਖ ਰਹਿਣਾ ਕੋਈ ਸ਼ਬਦ ਨਹੀਂ ਸੁਣਨਾ ਕੋਈ ਜਪਣਾ ਨਹੀਂ ਕੋਈ ਦੇਖਣਾ ਨਹੀਂ ਕੋਈ ਧਿਆਉਣਾ ਨਹੀਂ ਤੇ 20 ਘੰਟੇ ਕਰਨੀਏ ਕਾਲ ਦੀ ਉਸਤਤ ਕਰਮ ਤੇ ਉਹ ਜੇ ਕੋਈ 2-3 ਘੰਟੇ ਜਿਹੜੇ ਲਾਉਂਦੇ ਵੀ ਨੇ ਉਹਨਾਂ ਵਿੱਚੋਂ ਅੱਧਾ ਟਾਈਮ ਤਾਂ ਫੁਰਨਾ ਹੀ ਆਈ ਜਾਂਦੇ ਨੇ ਤੇ ਕੁਝ ਵੀ ਨਹੀਂ ਬਣਦਾ ਤਾਂ ਇਹ ਤਾਂ ਉਹਨਾਂ ਨੇ ਕਹਿਤਾ ਚਾਤਰਕ ਚਾਤਰਕ ਕਹਿੰਦੇ ਨੇ ਜਿਹੜਾ ਹਜੇ ਅਵਸਥਾ ਨੂੰ ਪ੍ਰਵਾਨ ਨਹੀਂ ਹੋਇਆ ਹਜੇ ਬਿਲ ਲਾਉਂਦਾ ਪਿਆ ਚਾਤਰਕ ਹੁੰਦਾ ਨਾ ਪ੍ਰਿਯੋ ਪ੍ਰਿਯੋ ਕਰਦਾ ਹੈ ਹਜੇ ਮੀ ਆਇਆ ਨਹੀਂ ਪਰ ਉਹ ਰੋਲਾ ਬੜਾ ਪਾਉਂਦਾ ਪਿਆ ਉਹ ਕਹਿੰਦਾ ਕਿਉਂ ਰੋਲਾ ਪਾਉਣਾ ਚਾਤਰਕ ਤੂੰ ਨਾ ਜਾਣਈ ਕਿਆ ਤਦ ਵਿੱਚ ਤਿਖਾ ਹੈ ਕਹਿੰਦੇ ਤੈਨੂੰ ਨਹੀਂ ਪਤਾ ਤੇਰੇ ਚ ਤਰੀਕਾ ਕੀ ਹੈ ਸਾਨੂੰ ਪਤਾ ਇਸ ਗੱਲ ਦਾ ਜਿਹੜੇ ਤੇਰੇ ਅੰਦਰ ਬਲਬਲੇ ਨੇ ਨਾ ਜਿਹੜੇ ਤੇਰੇ ਅੰਦਰ ਘੁੰਮ ਘੁੰਮ ਕੇ ਫੁਰਨੇ ਆਉਂਦੇ ਨੇ ਘੁੰਮ ਘੁੰਮ ਕੇ ਤੈਨੂੰ ਕਦੇ ਕੋਈ ਚੀਜ਼ ਸਤਾਉਂਦੀ ਕਦੇ ਕਿਉਂ ਸਤਾਉਂਦੇ ਕਿਤ ਪੀਤੇ ਤਖ ਜਾਏ ਸੁਰਤੀ ਮਾੜਾ ਜਾਂ ਟਿਕਣ ਲੱਗਦੀ ਏ ਲੋਬੂੜਾ ਕੇ ਲੈ ਜਾਂਦਾ ਮਾੜਾ ਜਾਂ ਟਿਕਣ ਲੱਗਦੀ ਐ ਮਾਪੇ ਬਾਬ ਤੇ ਫੁਰਨੇ ਚੱਲ ਪੈਂਦੇ ਨੇ ਮਾੜਾ ਜਾਂ ਟਿਕਣ ਲੱਗਦੀ ਏ ਖੇਤੀ ਦੇ ਫੁਰਨੇ ਚੱਲ ਪੈਂਦੇ ਆ ਮਾੜਾ ਜਾਂ ਟਿਕਣ ਲੱਗਦੀ ਏ ਬੱਚਿਆਂ ਦੀ ਬਿਮਾਰੀ ਮਾਪੇ ਦੀ ਬਿਮਾਰੀ, ਉਹਦੀ ਬਿਮਾਰੀ, ਸਰੀਰ ਦੀ ਬਿਮਾਰੀ ਇਹ ਜੀਆਂ ਗੱਲਾਂ ਚੱਲ ਪੈਂਦੀਆਂ। ਫੇਰ ਕੋ ਮਾੜਾ ਮੋਟਾ ਟਕਾਓ ਬਣਦਾ। ਫੇਰ ਆਪਦੇ ਰਜੋਗੁਣ ਦੇ ਫੁਰਨੇ ਚੱਲ ਪੈਂਦੇ ਨੇ ਵੀ ਮੈਂ ਤਾਂ ਪਿੱਛੇ ਰਹਿ ਗਿਆ, ਮੈਂ ਅੱਗੇ ਰਹਿ ਗਿਆ, ਮੈਂ ਇਹਨੇ ਕਵਾਉਣੇ, ਮੈਂ ਉਹ ਕਰਨੇ। ਤੇ ਸਾਰਾ ਦੇਣੀ ਉਹ ਬੈਠਣ ਹੀ ਨਹੀਂ ਦਿੰਦੇ। ਤ੍ਰੈਣ ਕੋ ਮੰਦਰ ਸਾਜ ਸਵਾਰਿਓ ਪਾਵਕ ਤਰੇ ਜਰਾਵਤ ਹੈ ਐਸੇ ਗੜ੍ਹ ਮੈਂ ਹੈ ਟੈਟਿ ਲੋ ਫੁੱਲ ਫੁੱਲ ਕੇ ਪਾਵਕ। ਕਾਨਿਆਂ ਦੀ ਝੋਪੜੀ ਬਣਾ ਕੇ ਦਿੱਤੀ ਹੋਈ ਹੈ ਉਹਦੇ ਥੱਲੇ ਵੀ ਅੱਗ ਲਾਈ ਹੋਈ ਹੈ। ਤੇ ਟਿੱਕੇ ਬੈਠਾ ਬੈਠਦਾ ਹੀ ਨਹੀਂਗਾ ਮਨ। ਕਾਨਿਆਂ ਦੀ ਝੋਪੜੀ ਹੈ। ਸਰੀਰ ਤੇ ਆ ਨਾਭ ਕਾਟ ਦੇ ਥੱਲੇ ਅੱਗ ਬਾਲ ਦਿੱਤੀ ਤੇ ਇੱਕੇ ਵਹਿਣ ਹੀ ਨਹੀਂ ਦਿੰਦੇ ਚਾਹ ਤਰਕ ਤੂੰ ਨਾ ਜਾਣੀ ਕਿ ਆਤਮਾ ਦੇ ਵਿੱਚ ਤਿਖਾ ਹੈ ਕਿੰਦ ਪੀਤੇ ਤਿਖਾ ਜਾਏ ਦੂਜੇ ਭਾਏ ਭ੍ਰਮਿਆਂ ਅੰਮ੍ਰਿਤ ਜਲ ਪੱਲੇ ਨਾ ਭਾਏ ਅੰਮ੍ਰਿਤ ਜਲ ਤੇ ਤੇਰੇ ਪੱਲੇ ਹੈ ਨਹੀਂ ਤੇ ਤੂੰ ਕਿੰਨਾ ਗਿਆਰ ਦੇ ਨਾਲ ਹੀ ਮੈਨੂੰ ਆਰਾਮ ਆ ਜਾਵੇ ਕੋਈ ਆਨਲਾਈਨ ਸਾਨੂੰ 2-4 ਮਿੰਟ ਦੀ ਵੀਡੀਓ ਹੀ ਬਣਾ ਕੇ ਭੇਜ ਦਿਓ ਜੀ ਅਸੀਂ ਵੀ ਜੁਗਤੀਆਂ ਲਾ ਕੇ ਦੇਖ ਲਾਂਗੇ ਆਰਾਮ ਆ ਜਾਵੇ ਸਾਨੂੰ ਇਸ ਤਰ੍ਹਾਂ ਨਹੀਂ ਆਰਾਮ ਆਉਣੇ ਕੋ ਘਰ ਬੈਠੇ ਸਾਡੇ ਤੇ ਕਿਰਪਾ ਕਰ ਦਿਓ ਜੀ ਆਰਾਮ ਆ ਜਾ ਨਹੀਂ ਗੁਰੂ ਅਮਰਦਾਸ ਕਹਿੰਦੇ ਦੂਜੇ ਭਾਏ ਪਰਮਿਆਂ ਅੰਮ੍ਰਿਤ ਜਲ ਪੱਲੇ ਨਾ ਪਾਏ ਨਦਰ ਕਰੇ ਜੇ ਆਪਣੀ ਤਾਂ ਸਤਗੁਰ ਮਿਲੇ ਸਭਾਏ ਨਾਨਕ ਸਤਗੁਰ ਤੇ ਅੰਮ੍ਰਿਤ ਜਲ ਪਾਇਆ ਸਹਿਜੇ ਰਿਆ ਸਭਾਏ ਸਿਮਰਨ ਕਰਕੇ ਸੰਗਤ ਵਿੱਚ ਬੈਠ ਕੇ ਧਿਆਉਣਾ ਪੈਂਦਾ ਫਿਰ ਸਤਗੁਰ ਦੇ ਉੱਤੇ ਕਿਰਪਾ ਹੋ ਜਾਏ ਤੇ ਸਤਗੁਰ ਦੇ ਚਰਨਾਂ ਵਿੱਚ ਧਿਆਨ ਲੱਗ ਜਾਂਦਾ ਤੇ ਫਿਰ ਅੰਮ੍ਰਿਤ ਜਲ ਆਉਂਦਾ ਹੈ ਤੇ ਫਿਰ ਤਿਖਾ ਜਾਂਦੀ ਏ ਨਹੀਂ ਤਾਂ ਕਹਿੰਦਾ ਇੱਕ ਵਣਖੰਡ ਵੈਸੇ ਜਾਏ ਸਾਧਨਾ ਦੇ ਵਈ ਇੱਕ ਪਾਲਾ ਕੱਕਰ ਭੰਨ ਸੀਤਲ ਜਲ ਹੈ ਵਈ ਇੱਕ ਭਸਮ ਚੜਾਵੇ ਅੰਗ ਮੈਲਣਾ ਧੋਵੇਈ ਇੱਕ ਜਟਾ ਬਿਕਟ ਬਿਕਰਾਲ ਕੁੱਲ ਕਰਖੋ ਵਈ ਇੱਕ ਨਗਨ ਫਿਰਾ ਦਿਨ ਰਾਤ ਨੀਂਦ ਨਾ ਸੋਵੇਈ ਇੱਕ ਅਗਨ ਜਲਾਵੇ ਅੰਗ ਆਪ ਵਿਘੋਵੇਈ ਵਿਣ ਨਾਵੇ ਤਨ ਛਾਰ ਕਿਆ ਕਹਿ ਰੋਵੇਈ ਸੋਹਣ ਖਸਮਦوار ਜੀ ਸਤਗੁਰੂ ਸੇ ਕੋਈ ਜੰਗਲਾਂ ਵਿੱਚ ਫਰੀ ਜਾਂਦਾ ਕੋਪਾਲੇ ਕੱਕਰ ਦੇ ਵਿੱਚ ਫਰੀ ਜਾਂਦਾ ਵਾਲੇ ਕਕਰਵੇ ਠੰਡੇ ਪਾਣੀ ਨਾਲ ਨਹਾਈ ਜਾਂਦਾ ਕੋਈ ਭਸਮ ਚੜਾ ਰਿਹਾ ਹੈ ਕੋਈ ਜਟਾ ਵਿਕਟ ਰੱਖ ਕੇ ਜਟਾਵਾਂ ਰੱਖ ਕੇ ਵਾਲ ਵਧਾ ਕੇ ਕ ਰੂਪ ਬਣ ਕੇ ਨੱਗੇ ਫਿਰਦੇ ਆ ਕਹਿੰਦੇ ਕੀ ਭਾਲਦੇ ਹੋ ਕੁਛ ਨਹੀਂ ਲੱਭਣਾ ਇੰਨਾਂ ਚੀਜ਼ਾਂ ਵਿੱਚੋਂ ਸੋ ਹਣ ਖਸਮਦوار ਜੇ ਸਤਗੁਰ ਸੇਵਈ ਤਾਂ ਕਿਰਪਾ ਹੋਵੇਗੀ ਜੇ ਖਸਮ ਦੇ ਦਰ ਦੇ ਉੱਤੇ ਕੂਕਾਂ ਦਿਓਗੇ ਤੇ ਰਸ ਆਉਣ ਲੱਗ ਜੇਗਾ ਐਨੀ ਵੱਡੀ ਰਸ ਦੀ ਤੁਹਾਨੂੰ ਦੱਸੋ ਵੀ ਐਨੀ ਵੱਡੀ ਰਸ ਦੀ ਅਵਸਥਾ ਹੈ ਮਹਾਰਾਜ ਕਹਿੰਦੇ ਬਬੀਹਾ ਜੀ ਚਾਤ੍ਰਿਕ ਜੀ ਆਰਾਮ ਹੀ ਨਹੀਂ ਆਉਣਾ ਜਿੰਨੀ ਦੇਰ ਤੱਕ ਅੰਮ੍ਰਿਤ ਨਹੀਂ ਪੀਂਦੇ ਤੁਸੀਂ ਗੱਲਾਂ ਜਿੰਨੀਆਂ ਮਰਜ਼ੀ ਮਾਰੀ ਜੋ ਜਦੋਂ ਸਤਿਗੁਰੂ ਕਿਰਪਾ ਕਰਨ ਉਹਨਾਂ ਨੂੰ ਬੇਨਤੀਆਂ ਕਰੋ ਉਹਨਾਂ ਦੇ ਚਰਨਾਂ ਦੇ ਵਿੱਚ ਬੈਠ ਕੇ ਜਦੋਂ ਸਾਵਣ ਸਰਸੀ ਕੰਮਣੀ ਸੌਣ ਲੱਗੇਗਾ ਨਾ ਅੰਮ੍ਰਿਤ ਦਾ ਆਹਦੇ ਭਾਈ ਪਹਿਲੋਂ ਹੀ ਜਿਵੇਂ ਪਹਿਲੋਂ ਕੱਚੇ ਕੋਠੇ ਹੁੰਦੇ ਸੀ ਛੱਤਾਂ ਛੁੱਤਾਂ ਲੰਬਾ ਲੈਣੀਆਂ ਵੀ ਸੌਣ ਸ਼ੁਰੂ ਹੋਣਾ ਕਿਤੇ ਵੇਖਿਆ ਜੇ ਮਾੜੀ ਛੱਤ ਡੇਗੀ ਨਾ ਪਵੇ ਵਟ ਬੰਨੇ ਉੱਚੇ ਕਰ ਲੈਣੇ ਬਈ ਸੌਣ ਦੀਆਂ ਛੇਵਰਾਂ ਲੱਗਣੀਆਂ ਨੇ ਤੇ ਧੀਆ ਨੇ ਵੀ ਆਪਦੇ ਸਹੁਰਿਆਂ ਨੂੰ ਛੱਡ ਕੇ ਤੇ ਪੇਕਿਆਂ ਤੇ ਆ ਜਾਣਾ ਵੀ ਸੌਣ ਦੇ ਦਿਨ ਬੜੇ ਸੁਹਾਣੇ ਹੁੰਦੇ ਪਿੰਗਾ ਚੂਟਾਂਗੇ ਤੇ ਸੌਣ ਦੇ ਦਿਨਾਂ ਵਿੱਚ ਕੋਈ ਸ਼ੱਕਰਪਾਰੇ ਬਣਾਉਂਦਾ ਕੋਈ ਗੁਲਗਲੇ ਬਣਾਉਂਦਾ ਕੋਈ ਜਲੇਬੀਆਂ ਬਣਾਉਂਦਾ ਆਨੰਦ ਬਣਦਾ ਬਈ ਸੌਣ ਚੜਨਾ ਇਸੇ ਤਰੀਕੇ ਜਦੋਂ ਸੰਗਤ ਦੀ ਕਿਰਪਾ ਹੁੰਦੀ ਤੇ ਗੁਰਮੁਖ ਵਿਆਹ ਤੋਂ ਵੀ ਵੱਧ 10 ਗੁਣਾ 100 ਗੁਣਾ ਚਾਹ ਹੁੰਦਾ ਵੀ ਲੈ ਵੀ ਸੰਗਤ ਦੇ ਦਿਹਾੜੇ ਆਉਣੇ ਨੇ ਸੌਣ ਲੱਗਣਾ ਕਿੱਥੇ ਲੱਗਣਾ ਬਈ ਫਲਾਣੀ ਜਗ੍ਹਾ ਤੇ ਸੌਣ ਲੱਗਣਾ ਉੱਥੇ ਚੱਲਾਂਗੇ ਵੇਖਿਆ ਜੇ ਫਿਰ ਉੱਥੇ ਸ਼ਬਦ ਦੀਆਂ ਵਰਖਾ ਹੁੰਦੀ ਆ ਗਿਆਨ ਚੱਲਦਾ ਗੁਰਮਖਾਂ ਦੀਆਂ ਅੰਮ੍ਰਿਤ ਦ੍ਰਿਸ਼ਟੀਆਂ ਪਹਿਣਗੀਆਂ ਤੇ ਜਿਵੇਂ ਫਿਰ ਸਹਰਿਓਂ ਬੜੀਏ ਕੰਮ ਕਾਜ ਕਰਕੇ ਫੇਕਿਆ ਤੇ ਜਾ ਕੇ ਫਿਰ ਧੀਆ ਪਿੰਗਾ ਝੂਟਦੀਆਂ ਨੇ ਨਾ ਐਵੇਂ ਫਿਰ ਗੁਰਮਖਾ ਆ ਕੇ ਨਾ ਵਾਹ ਗੁਰੂ ਵਾਹ ਰੂਪੀਂਗਾ ਚੂਟਦੇ ਨੇ ਉਹ ਤਾਂ ਫਿਰ ਜਿਹੜੇ ਆਉਂਦੇ ਨੇ ਉਹਨਾਂ ਨੂੰ ਹੀ ਪਤਾ ਹੈ ਜਿਹੜੇ ਘਰ ਬੈਠੇ ਕੰਬਲਾਂ ਚ ਮਲਾਈ ਵਾਲਾ ਦੁੱਧ ਪੀਂਦੇ ਨੇ ਉਹ ਦੁੱਧ ਜੋਗ ਗਈ ਰਾਇਆ ਇਹ ਠੰਡ ਬੜੀ ਸੀ ਭਾਈ ਸਾਹਿਬ ਇਸ ਵਾਰੀ ਆਇਆ ਨਹੀਂ ਗਿਆ ਮਾੜਾ ਜਿ ਦਿਨ ਸਾਫ ਹੋ ਜਾਣ ਨਾ ਫੇਰ ਆਪਾਂਗੇ ਇਹ ਦਿਨ ਸਾਫ ਹੁੰਦੇ ਹੁੰਦੇ ਕਿ ਸੁਆਸ ਹੀ ਸਾਫ ਨਾ ਹੋ ਜਾਣਾ ਸਾਡੇ 60 ਸਾਲ 70 ਸਾਲ 80 ਸਾਲ ਉਮਰ ਹੋ ਗਈ ਅਜੇ ਤਾਈਂ ਤਾਂ ਦਿਨ ਸਾਫ ਹੋਈ ਨਹੀਂ ਡੇਢ ਸਾਫ ਹੋਣਗੇ ਜਦੋਂ ਫੁਰਨੇ ਖਤਮ ਹੋਣਗੇ ਐ ਦਿਨ ਨਹੀਂ ਸਾਫ ਹੁੰਦੇ ਹੁੰਦੇ ਇਹ ਬੜੀਆਂ ਧੁੰਦਾਂ ਆਈਆਂ ਬੜੀਆਂ ਗਰਮੀਆਂ ਆਈਆਂ ਬੜੀਆਂ ਗਈਆਂ ਇਹ ਧੁੰਦਾਂ ਗਰਮੀਆਂ ਨੇ ਸਾਨੂੰ ਉਲਝਾ ਲਿਆ ਤੇ ਤੁਸੀਂ ਸੌਣ ਵਾਲੀਆਂ ਪੀਂਘਾਂ ਝੂਟੜੀਆਂ ਨਹੀਂ ਜਿਹੜੀਆਂ ਵੈਗਰੂ ਸ਼ਬਦ ਵਾਲੀਆਂ ਤੇ ਜਿਹੜੇ ਝੂਟ ਗਏ ਜਿਨ੍ਹਾਂ ਨੇ ਉਹ ਨਾਮ ਸ਼ਬਦ ਦੇ ਝੂਟੇ ਲੈ ਲਏ ਉਹ ਫਿਰ ਦੂਜੇ ਝੂਟਿਆਂ ਨੂੰ ਪਸੰਦ ਵੀ ਨਹੀਂ ਕਰਦੇ ਕਹਿੰਦੇ ਸਾਵਣ ਦੱਜੈ ਗੁਣ ਬਾਹਰੀ ਜਿਸ ਦੂਜੇ ਭਾਏ ਪਿਆਰ ਨਾਨਕ ਕੀ ਨਾਨਕ ਪਿਰ ਕੀ ਸਾਰ ਮਾ ਜਾਣੀ ਸਭ ਸਿਗਾਰ ਖੁਆਰ ਕਹਿੰਦੇ ਜਿਨ੍ਹਾਂ ਨੇ ਸੌਣ ਨਹੀਂ ਖਾਦਾ ਸੌਣ ਦੇ ਝੂਟੇ ਨਹੀਂ ਲੈ ਉਹਨਾਂ ਨੂੰ ਪਤਾ ਕੀ ਇਹ ਵੀ ਫਿਰ ਕੀ ਹੁੰਦਾ ਫਿਰ ਨਹੀਂ ਕੀ ਨਹੀਂ ਹੁੰਦਾ ਇੱਥੇ ਹੁਣ ਸੌਣ ਦੁੱਜਾ ਥੋੜੀ ਨਾ ਆਖਿਆ ਵੀ ਟਾਲੀਆਂ ਦੇ ਨਾਲ ਰਸੇ ਬੰਨ ਕੇ ਤੇ ਪਿੰਗਾ ਝੂਟੋ ਇਹ ਸ਼ਬਦ ਦੀ ਗੱਲ ਕੀਤੀ ਹੈ ਸਾਵਣ ਦੱਜੇ ਗੁਣ ਬਾਹਰੀ ਜਿਸ ਦੂਜੇ ਭਾਏ ਪਿਆਰ ਨਾਨਕ ਪਿਰ ਕੀ ਸਾਰ ਮਾ ਜਾਣੀ ਸਭ ਸਿਗਾਰ ਖੁਆਰ ਜਿਵੇਂ ਮਰਜ਼ੀ ਤੁਸੀਂ ਘਰ ਮਰਿਆਦਾ ਰੱਖਦੇ ਹੋ ਜਿਵੇਂ ਮਰਜ਼ੀ ਤੁਸੀਂ ਭਾਵੇਂ ਚਾਰ ਟਾਈਮ ਇਸ਼ਨਾਨ ਕਰਦੇ ਹੋ ਕਹਿੰਦੇ ਜੋ ਮਰਜ਼ੀ ਸ਼ਗਾਰ ਕਰਦੇ ਜੇ ਸੌਣ ਵਾਲੇ ਝੂਟੇ ਨਹੀਂ ਲੈ ਤੁਹਾਨੂੰ ਕੀ ਪਤਾ ਹੁਣ ਸੌਣ ਤੇ ਝੂਟੇ ਵੀ ਉਹ ਲੈਂਦਾ ਹੈ ਹੁਣ ਜਿਵੇਂ ਇੱਕ ਬੱਚੀ ਆ ਉਹ ਆਪਦੇ ਸਹੁਰੇ ਪਰਿਵਾਰ ਨੂੰ ਛੱਡ ਕੇ ਪੇਕਿਆਂ ਤੇ ਜਾਂਦੀ ਏ ਨਿਸ਼ਚਿੰਤ ਹੋ ਕੇ ਜਾਂਦੀ ਏ ਫਿਰ ਤਾਂ ਉਹ ਆਨੰਦ ਲੈਂਦੀ ਏ ਜੇ ਉਹ ਪੇਕਿਆਂ ਤੇ ਆ ਜਾਵੇ ਤੇ ਧਿਆਨ ਰਵੇ ਸਹੁਰਿਆਂ ਦਾ ਵੀ ਮੇਰੇ ਉੱਥੇ ਮੇਰਾ ਘਰ ਵਾਲਾ ਕੀ ਕਰਦਾ ਹੋਣਾ ਮੇਰੇ ਸਾਸ ਕੀ ਕਰਦੀ ਆ ਮੇਰਾ ਸਹਰਾ ਕਰਦਾ ਉਹ ਫਿਰ ਪੇਕਿਆਂ ਦਾ ਆਨੰਦ ਨਹੀਂ ਲੈਂਦੀ ਜਿਵੇਂ ਹੁਣ ਸੰਗਤ ਵਿੱਚ ਆ ਜਾਈਏ ਤੇ ਫਿਰ ਭੁੱਲ ਜਾਈਦਾ ਸਾਰਾ ਕੁਝ ਗੁਰਮਖ ਭੁੱਲ ਜਾਂਦੇ ਆ ਜਿੱਥੇ ਸ਼ਬਦ ਨਾਮ ਦਾ ਲੰਗਰ ਲੱਗਦਾ ਭੁੱਲ ਜਾਂਦੇ ਆ ਉੱਥੇ ਫਿਰ ਇੱਕ ਮਨ ਇੱਕ ਚਿਤ ਹੋ ਕੇ ਕਈ ਮੇਰੇ ਵਰਗੇ ਉਹਦੇ ਵਿੱਚ ਵੀ ਫੋਨ ਤੇ ਗੱਲਾਂ ਕਰੀ ਜਾਂਦੇ ਆ ਕੋ ਦੇਖੀ ਜਾਂਦੇ ਆ ਸਾਡਾ ਬਿਜ਼ਨਸ ਚੱਲ ਰਿਹਾ ਜੀ ਬੜੀ ਬੇਨਤੀ ਕਰੀ ਦੀ ਵੀ ਬੰਦ ਕਰ ਦਿਓ ਇਹ ਸੰਗਤ ਦੀ ਐਨੀ ਮਰਿਆਦਾ ਹੈ ਨਾ ਵਾਹਿਗੁਰੂ ਜੀ ਐਨਾ ਵੱਡਾ ਲਾਹਾ ਹੈ ਨਾ ਸੰਗਤ ਦਾ ਕਿਰਪਾਈ ਸਾਰੀ ਇਹਦੇ ਵਿੱਚ ਹੁੰਦੀ ਹੈ ਤੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਹੁਣ ਇਹ ਨਹੀਂ ਹੈਗਾ ਵੀ ਜੇ ਆਪਾਂ ਸੰਗਤ ਨਹੀਂ ਕਰ ਸਕਦੇ ਤੇ ਸਾਡੇ ਤੇ ਕਿਰਪਾ ਨਹੀਂ ਹੁੰਦੀ ਫਿਰ ਕਿਰਪਾ ਸਾਡੇ ਤੇ ਘਰ ਬੈਠਿਆਂ ਵੀ ਹੋ ਸਕਦੀ ਹੈ ਪਰ ਹੋਊਗੀ ਕਿਵੇਂ ਜੇ ਉਹਨਾਂ ਅਭਿਆਸ ਕਰ ਲੋ ਗੱਲ ਇਹ ਆ ਨਾ ਵੀ ਘਰ ਚ ਬਹਿ ਕੇ ਉਹਨਾਂ ਅਭਿਆਸ ਨਹੀਂ ਹੁੰਦਾ ਜਿੰਨਾ ਅਸੀਂ ਰਲ ਮਿਲ ਕੇ ਗੁਣਮੰਤੀਆਂ ਦੇ ਨਾਲ ਰਲ ਮਿਲ ਕੇ ਅਭਿਆਸ ਕਰ ਲੈਨੇ ਤੇ ਉਸ ਤਰ੍ਹਾਂ ਘਰ ਬੈਠੇ ਹੋਈਏ ਤੇ ਸਾਨੂੰ ਕਰਮ ਘੇਰ ਲੈਂਦਾ ਤੇ ਕਰਮ ਦੇ ਵਿੱਚ ਅਸੀਂ ਵਿਚਾਰਾਂ ਫੁਰਨੇ ਵਿੱਚ ਚੱਲ ਪੈਨੇ ਆ ਤੇ ਫਿਰ ਉਹ ਗੱਲ ਨਹੀਂ ਬਣਦੀ ਤਾਂ ਕਰਕੇ ਜਿਹੜਾ ਇਹ ਬਿਵਿਹਾ ਜਾਂ ਇਹ ਸੌਣ ਦੀ ਗੱਲ ਕੀਤੀ ਆ ਸਾਵਣ ਸਰਸੀ ਕਾਮਣੀ ਦੀ ਗੱਲ ਕੀਤੀ ਏ ਇਹ ਸਾਰੀ ਦੀ ਸਾਰੀ ਬਿਵਿਹਾ ਇਹ ਜਗਤ ਹੈ ਇਹ 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 ਜਗਤ ਹੈ ਮਤ ਕੋ ਪਰਮ ਤੁਲਾਏ ਕਹਿੰਦੇ ਇਹ ਜਗਤ ਇਹ ਜਗਤ ਹੈ ਸੱਚਖੰਡ ਨਹੀਂ ਹੈ ਤੂੰ ਦੁਨੀਆਦਾਰੀ ਨੂੰ ਕੀ ਸਮਝਦਾ ਦੇਖੋ ਕਿੰਨੀ ਬਾਣੀ ਨੂੰ ਪੜਨ ਵਾਲਾ ਵੀ ਚਾਹੀਦਾ ਤੇ ਸਮਝਣ ਵਾਲਾ ਵੀ ਚਾਹੀਦਾ ਫਿਰ ਬਾਣੀ ਆਨੰਦ ਦਿੰਦੀ ਏ ਤੇ ਜੇ ਪਾਉਣਾ ਹੀ ਭੋਗ ਨੇ ਬਈ 9 ਵਜੇ ਭੋਗ ਪਾ ਦਿਓ ਜੀ ਮੁੜ ਕੇ ਫਿਰ ਪ੍ਰਾਹੁਣਿਆਂ ਨੂੰ ਲੰਗਰ ਛਕਾਣਾ ਲੇਟ ਨਾ ਕਰਦੇ ਜੇ ਭਾਈ ਜੀ ਜੇ ਤਾਂ ਇਹ ਜੇ ਭੋਗ ਪਾਉਣੇ ਨੇ ਤੇ ਕੋਈ ਫਾਇਦਾ ਹੀ ਨਹੀਂਗਾ ਕੱਲੀ ਪਾਰਟੀ ਪਾਰਟੀ ਰੱਖ ਲਿਆ ਕਰੋ ਤੇ ਉਹ ਕਹਿ ਦਿੰਦੇ ਨੇ ਜੀ ਹਜੇ ਆਪਣਾ ਨਕੋਦਰ ਵਾਲਾ ਪ੍ਰਾਹੁਣਾ ਥੋੜਾ ਜਿਹਾ ਲੇਟ ਹੈ ਤੇ ਕੋਈ ਗੱਲ ਨਹੀਂ ਨੌਵੇਂ ਮਹਾਲੇ ਦੇ ਸ਼ਲੋਕ ਲੰਮੇ ਕਰ ਦਿਓ ਤੇ ਜੇ ਨਿਕੁਦਰ ਵਾਲਾ ਪ੍ਰਾਣਾ ਟਾਈਮ ਤੇ ਆ ਗਿਆ ਜੀ ਪ੍ਰਾਣਾ ਕਾਲਾ ਪਿਆ ਹੋਇਆ ਤੇ ਮੜਾ ਜਾ ਭੋਗ ਛੇਤੀ ਪਾ ਦਿਓ। ਇਸ ਤਰ੍ਹਾਂ ਫਿਰ ਜੇ ਨਿਕੁਦਰ ਵਾਲੇ ਪ੍ਰਾਣੇ ਨੂੰ ਹੀ ਵੇਖਣਾ ਤੇ ਫਿਰ ਫਾਇਦਾ ਕੀ ਇਹ ਤਾਂ ਬ੍ਰਹਮ ਦੀ ਗਾਣੀ। ਕਹਿੰਦੇ ਨੇ ਬਬਿਹਾਏ ਜਗਤ ਹੈ ਕਹਿੰਦੇ ਦੁਨੀਆ ਹੈ ਭਾਈ ਮਤ ਕੋ ਭਰਮ ਭੁਲਾਏ ਕਿਤੇ ਇਹਦੇ ਨਾਲ ਪਿਆਰ ਪਾ ਲੇ ਤੈਨੂੰ ਪਤਾ ਦੁਨੀਆ ਕੀ ਹੁੰਦੀ ਆ। ਨਿਰੀ ਅੱਗ ਆ ਜਿਹੜੇ ਸਾਡੇ ਨਾਲ ਮਾਤਾ ਪਿਤਾ ਭੈਣ ਭਾਈ ਬੱਚੇ ਨੇ ਨਾ ਇਹ ਅੱਗ ਦੀਆਂ ਲਾਟਾਂ ਟੁਰੇ ਫਿਰਦੇ ਨੇ ਅਸੀਂ ਵੀ ਅੱਗ ਦੀ ਲਾਟ ਬਣ ਜਾਵਾਂਗੇ ਜੇ ਅਸੀਂ ਨਾਮ ਨਾ ਜਪਾਂਗੇ ਇਹ ਜਿਹੜੇ ਨਾਲ ਦੇ ਨੇ ਨਾ ਸਾਡੇ ਇਹ ਅੱਗ ਦੇ ਵੱਡੇ ਵੱਡੇ ਲਾਂਬੂ ਨੇ ਜੇ ਤੁਸੀਂ ਸਭ ਤੋਂ ਬਿਨਾ ਇਹਨਾਂ ਦੇ ਨਾਲ ਪਿਆਰ ਪਾ ਲਿਆ ਤੁਹਾਨੂੰ ਵੀ ਸੜਨਗੇ ਆਪ ਵੀ ਸੜਵਾਂਗੇ ਬਬੀਹਾ ਇਹ ਜਗਤ ਹੈ ਮਤ ਕੋ ਪਰਮ ਭੁਲਾਏ ਇਹ ਬਬੀਹਾ ਪਸ਼ੂ ਹੈ ਇਸ ਨੂੰ ਬੁੱਝਣਾ ਹੈ ਮਹਾਰਾ ਕਹਿੰਦੇ ਪਸ਼ੂ ਹੈ ਤੂੰ ਅਹੀਂ ਕਈ ਵਾਰ ਕਹਿੰਨੇ ਗੁਰਮਖਾਂ ਨੂੰ ਵੀ ਪਸ਼ੂਆਂ ਵਾਲੇ ਕੰਮ ਨਹੀਂ ਕਰੀ ਤੇ ਮਹਾਰਾਜ ਕਹਿੰਦੇ ਬਬੀਆ ਜਿਹੜਾ ਹੈ ਨਾ ਆਪ ਦੀ ਆਪ ਦੀ ਪਹਿਚਾਣ ਫੋਲ ਕੇ ਪਸ਼ੂ ਬਣਿਆ ਹੈ ਬਬੀਆ ਇਹ ਬਬੀਆ ਪਸ਼ੂ ਹੈ ਇਸ ਨੂੰ ਬੁੱਝਣਾ ਹੈ ਅਮਰਤ ਹਰਖਾ ਨਾਮ ਹੈ ਜਿਤ ਪੀਤਾ ਤਿਖ ਜਾਏ ਨਾਨਕ ਗੁਰਮਖ ਜਿਨ ਪਿਆ ਤਿਨ ਬੋੜ ਨ ਲਾਗੀ ਆ ਵਾ ਵਾ ਕਿੱਡੀ ਕਿੱਡੀ ਆਨੰਦ ਹੈ ਮਹਾਰਾਜ ਕਹਿੰਦੇ ਪਸ਼ੂ ਨਾ ਬਣ ਇਸ ਸੰਸਾਰ ਦੀ ਬਾੜੀ ਦੇ ਵਿੱਚ ਆਵਾਰਾ ਪਸ਼ੂ ਬਣ ਕੇ ਐਵੇਂ ਮੂੰਹ ਨਾ ਮਾਰਦਾ ਫਿਰ ਇਥੇ ਡਾਂਗਾ ਪਹਿਨਗੀਆਂ ਕਹਿੰਦੇ ਅਮਰਤ ਹਰਕਾ ਨਾਮ ਹੈ ਆਪਦੇ ਖੇਤ ਵਿੱਚ ਜਾ ਉਥੇ ਪਹਿਲੋ ਬੀਜ-ਬੀਜ ਫਸਲ ਨੂੰ ਉਗਾ ਫਸਲ ਉਗਾ ਕੇ ਜਦੋਂ ਸਮਾਂ ਆਵੇਗਾ ਉਸ ਫਸਲ ਦੇ ਸਿੱਟਿਆਂ ਦੇ ਵਿੱਚੋਂ ਨਿਕਲਦੀ ਦੌਲਤ ਨੂੰ ਖਾ ਤੇ ਫਿਰ ਤੇਰੀ ਤਿਖਾ ਪੁੱਜੂਗੀ ਤੇ ਬਗਾਨੇ ਘਰਾਂ ਦੇ ਵਿੱਚ ਤੂੰ ਮੂੰਹ ਮਾਰਦਾ ਫਿਰਦਾ ਕਦੇ ਕਾਮ ਕੋਲ ਜਾਂਦਾ ਕਦੇ ਕਰੋਧ ਕੋਲ ਜਾਂਦਾ ਕਦੇ ਲੋਭ ਕੋਲ ਜਾਂਦਾ ਮੈਨੂੰ ਸੁੱਖ ਦੇ ਦਿਓ ਤੇ ਐਵੇਂ ਸੁੱਖ ਮਿਲਦਾ ਆਪਦੇ ਖੇਤ ਨੂੰ ਸਾਫ਼ ਕਰ ਜਿਵੇਂ ਗੁਰਮਖ ਤੁਹਾਨੂੰ ਸਮਝਾ ਰਹੇ ਸੀ ਭਾਈ ਹਰਸਿਮਰ ਸਿੰਘ ਫਰੋਜਪੁਰ ਵਾਲੇ ਇਹ ਵੀ ਗੁਰਮਖ ਸਾਡੇ ਬੜੇ ਪਿਆਰ ਵਾਲੇ ਨੇ ਕਿਰਪਾ ਹੋ ਗਈ ਇਹਨਾਂ ਤੇ ਸਾਰਿਆਂ ਤੇ ਹੀ ਕਿਰਪਾ ਹੈ ਨਾਮ ਜਪਦੇ ਨੇ ਜਪਾਉਂਦੇ ਨੇ ਉਹ ਸਾਰਿਆਂ ਤੇ ਹੀ ਕਿਰਪਾ ਹੈ ਤੇ ਹੁਣ ਉਹ ਦੱਸਦੇ ਪਏ ਸੀ ਆਪਾਂ ਨੂੰ ਵੀ ਨਾਮ ਜਪ ਕੇ ਜਿਨ੍ਹਾਂ ਨੇ ਖੇਤ ਨਹੀਂ ਸਿੰਚਿਆ ਸ਼ਬਦ ਦਾ ਅਭਿਆਸ ਕਰਕੇ ਪਹਿਲੋ ਵਿਚਾਰਾਂ ਦਾ ਗੰਧ ਨਹੀਂ ਕੱਢਿਆ ਵਿਚਾਰਾਂ ਦਾ ਗੰਧ ਕੱਢ ਕੇ ਵਿੱਚ ਅਨਾਹਦ ਸ਼ਬਦ ਦੀ ਬਾਣੀ ਦੇ ਬੀਜ ਨਹੀਂ ਪਾਏ ਉਸ ਬੀਜ ਨੂੰ ਫਿਰ ਵੱਡਾ ਕਰਕੇ ਉਹਦੇ ਵਿੱਚੋਂ ਅੰਮ੍ਰਿਤ ਰਸ ਗਿਆਨ ਦੇ ਜੇ ਫੁੱਲ ਹੀ ਨਹੀਂ ਆਪਾਂ ਲਏ ਤੇ ਕੀ ਤਿਖਾ ਜਾਣੀਏ ਬਗਾਨੇ ਖੇਤਾਂ ਵਿੱਚ ਅਸੀਂ ਫੇਰਦੇ ਆ ਕਦੇ ਕਾਮ ਦੇ ਵਿਹੜੇ ਚਲੇ ਜਾਂਦੇ ਆ ਕਦੇ ਖਲੋਬ ਦੇ ਵਿਹੜੇ ਚਲੇ ਜਾਂਦੇ ਆ ਤੇ ਕਬੀਰ ਸਾਹਿਬ ਬੜੇ ਸਖਤ ਬਚਨ ਕਰਦੇ ਨੇ ਕਹਿੰਦੇ ਸੂਰਅਕੀ ਜੈਸੀ ਤੇਰੀ ਚਾਲ ਤੇਰੀ ਪੂਛਟ ਉੱਪਰ ਚਮਕਬਾਲ ਕਹਿੰਦੇ ਸੂਰ ਅਰਗੀ ਚਾਲ ਹੈ ਤੇਰੀ ਸੂਰ ਸਾਰੇ ਪਿੰਡ ਦਾ ਗੰਦ ਖਾਂਦਾ ਸਾਰੇ ਪਿੰਡ ਚ ਜਿੱਥੇ ਚਿੱਕੜ ਜਿੱਥੇ ਗੰਧ ਹੈ ਨਾ ਕਹਿੰਦੇ ਸੂਰ ਹੈ ਕੀ ਜੈਸੀ ਤੇਰੀ ਚਾਲ ਇਹ ਨਾ ਸੋਚਿਆ ਜੀ ਵੇਖੋ ਬਾਣੀ ਪੜ ਕੇ ਇਹ ਵੀ ਪਤਾ ਲੱਗਦਾ ਹੈ ਭਗਤ ਬੜੇ ਸਖਤ ਬਚਨ ਵੀ ਕਰ ਦਿੰਦੇ ਹੁੰਦੇ ਨੇ ਬੋਲੇ-ਬੋਲੇ ਬਚਨ ਨਹੀਂ ਕਰਦੇ ਵੇਖੋ ਅੱਜ ਕਿਸੇ ਨੂੰ ਆਖੀ ਤੇਰੀ ਸੂਰ ਵਰਗੀ ਚਾਲ ਇਹ ਅਗਲਾ ਆਖੇਗਾ ਮੈਨੂੰ ਮੈਨੂੰ ਗਾਲੀ ਕੱਢਦਾ ਤੇ ਕਬੀਰ ਸਾਹਿਬ ਨੇ ਮਨ ਨੂੰ ਬਚਨ ਕੀਤੇ ਨੇ ਕਿਸੇ ਵਿਅਕਤੀ ਵਿਸ਼ੇਸ਼ ਨੂੰ ਨਹੀਂ ਕਹਿੰਦੇ ਆ ਜੇਰੀਆ ਤੂੰ ਗੱਲਾਂ ਕਰਦਾ ਹੈ ਨਾ ਇਹ ਤਾਂ ਸੂਰ ਰਗੀਆਂ ਹਰਕਤਾਂ ਨੇ ਤਰੀਆ ਸੂਰਿਆ ਕੀ ਜੈਸੀ ਤੇਰੀ ਚਾਲ ਤੇਰੀ ਪੂੰਛ ਟੂਪਰ ਚਮਕਬਾਲ ਕਹਿੰਦੇ ਕੁੱਤੇ ਤਰਾਂ ਤੇਰੀ ਪੂਛ ਜਿਵੇਂ ਕੁੱਤੇ ਦੀ ਪੂਛ ਬੜੀ ਚਮਕਦੀ ਹੁੰਦੀ ਹੈ ਜਦੋਂ ਕੁੱਤੇ ਨੂੰ ਭੁੱਖ ਲੱਗਦੀ ਜਿੰਨਾਂ ਦੇ ਘਰ ਚ ਕੁੱਤਾ ਵੇਖਿਆ ਜੇ ਉਹ ਪੁੱਛਉਂਈਏ ਪੂਛ ਲਾਉਣ ਲੱਗ ਜਾਂਦਾ ਤੇ ਘਰ ਵਾਲੇ ਸਮਝਦੇ ਨੇ ਵੀ ਜਿਹੜੀ ਇਹ ਪੂਛ ਪੂਰੀ ਲਾਉਂਦਾ ਨਾ ਕਹਿੰਦੇ ਤੁਸੀਂ ਦੁੱਧ ਦਾ ਬਾਟਾ ਰੱਖੋ ਉਹ ਦੂਰੋਂ ਐਡੀ ਜੱਬ ਕੱਢ ਲੇਗਾ ਪਿਛੋਂ ਐ ਪੂਰੀ ਪੂਛ ਕਮਾਵੇਗਾ ਬਈ ਪਰਾਂ ਜੋ ਪਰਾਂ ਜੋ ਮੈਂ ਪੀਣੀ ਓਵੇਂ ਆਪਾਂ ਪੈਸੇ ਨੂੰ ਵੇਖ ਵੇਖ ਕਰਦੇ ਆ ਕੋ ਦਿਹਾੜੀ ਮਾਰਨਾ ਜੈ ਹਾਂਜੀ ਕੋਈ ਮੈਨੂੰ ਦੁਆ ਦਿਓ ਬਈ ਕੋ ਮੈਨੂੰ ਪੈਸਾ ਕੋ ਮੈਨੂੰ ਕੋਈ ਹੋਰ ਕੋ ਮੈਨੂੰ ਜ਼ਮੀਨ ਜਦਾਦ ਕੋਈ ਸਸਤੀ ਜ਼ਮੀਨ ਮਿਲਦੀ ਹੋਵੇ ਨਾਲ ਲੱਗਦਾ ਪਲਾਟ ਵੇਗਾ ਐ ਪੂਛ ਕਮਾਉਂਦੇ ਨੇ ਪੂਰੀ ਕਹਿੰਦੇ ਤੇਰੀ ਪੂਛੇ ਟੂਪਰ ਚੋ ਕਬਾਲ ਇਸ ਘਰ ਮੈਂ ਹੈ ਸੋ ਤੂੰ ਢ ਖਾਏ ਔਰ ਕਿਸੇ ਕੇ ਤੂੰ ਮਾਤੀ ਜਾਏ ਕਹਿੰਦਾ ਜੋ ਇਸ ਸਰੀਰ ਦੇ ਵਿੱਚ ਹੈ ਉਹਨੂੰ ਤੂੰ ਲੱਭਦਾ ਨਹੀਂ ਪਿਆ ਤੇ ਪ੍ਰਾਇਆਂ ਦੇ ਘਰ ਫੇਰਦਾ ਦੂਜੇ ਦੇ ਖੇਤ ਵਿੱਚ ਮੂੰਹ ਪਾਉਣਾ ਕਹਿੰਦੀ ਚਾਕੀ ਚੱਟਾ ਚੂਨ ਖਾਏ ਉਸੇ ਚੱਕੀ ਨੂੰ ਚੱਟੀ ਜਾਣਾ ਉਸੇ ਦਾ ਹੀ ਚੂਨ ਖਾਈ ਜਾਣਾ ਚਾਕੀ ਦਾ ਚੀਤਰਾ ਕਹਾ ਲੈ ਜਾਏ ਪਰ ਕਹਿੰਦੇ ਇਹ ਧਿਆਨ ਰੱਖੀ ਕਿ ਜਿਹੜਾ ਚੱਖੀ ਦਾ ਚਿੱਥਿਆ ਆਇਆ ਨਾ ਇਹ ਚੋਟ ਬੜੀ ਪਾਉਂਦਾ ਹੈ ਅੱਗੇ ਕਹਿੰਦੇ ਛੀਕੇ ਪਰ ਤੇਰੀ ਬਹੁਤ ਡੀਠ ਮਤ ਲੱਕਰੀ ਸੋਟਾ ਤੇਰੀ ਪਰੇ ਪੀਠ ਜਿਹੜਾ ਕੁੱਤਾ ਤਾਂ ਸਿਆਣਾ ਹੁੰਦਾ ਉਹ ਜਦੋਂ ਕਿਸੇ ਚੋਰੀ ਦਾ ਦੁੱਧ ਪੀਣਾ ਜਿਵੇਂ ਚਾਟੀ ਬਾਹਰ ਰਹਿ ਗਈ ਲੰਗਰ ਦਾ ਸਮਾਨ ਆਪਣੇ ਗੁਰਮਖਾਉਂਦੇ ਨਾ ਉਹ ਰਾਤ ਨੂੰ ਇੱਟਾਂ ਦੇ ਦਿੰਦੇ ਨੇ ਸਾਰੇ ਦੁੱਧ ਤੇ ਹੋਰ ਕਿਉ ਉਤੇ ਆਂਦੇ ਜੀ ਰਾਤੀ ਕੁੱਤੇ ਨੂੰ ਮੂੰਹ ਨਾ ਮਾਰ ਜਾਣ ਹੁਣ ਜਦੋਂ ਕੁੱਤਾ ਚੋਰੀ ਦਾ ਸਮਾਨ ਖਾਣ ਜਾਂਦਾ ਜਿਹੜਾ ਸਿਆਣਾ ਕੁੱਤਾ ਹੁੰਦਾ ਨਾ ਉਹ ਪਹਿਲਾਂ ਥੋੜਾ ਜਿਹਾ ਮੂੰਹ ਐ ਮਾਰਦਾ ਬਈ ਹੋ ਸਕਦਾ ਕੋ ਪਹਿਰੇ ਤੇ ਖਲੋਤਾ ਹੋਵੇ ਤੇ ਜਿਹੜਾ ਸਿਆਣਾ ਕੁੱਤਾ ਹੁੰਦਾ ਉਹ ਮੜਾ ਜਾਂ ਮੋਰੇ ਚ ਮੂੰਹ ਕੱਢ ਕੇ ਐ ਮਾਰ ਕੇ ਵੇਖ ਲੈਂਦਾ ਜੇ ਕੋ ਕੋ ਡਾਂਗ ਜਾਂ ਸੋਟੀ ਮਾਰੂਗਾ ਵੀ ਮੂੰਹ ਤੇ ਪਵੇਗੀ ਤੇ ਜਿਹੜਾ ਕੋਈ ਇਹ ਕੋ ਲੋਭੀ ਕੁੱਤਾ ਹੁੰਦਾ ਸਾਰੇ ਦਾ ਸਾਰਾ ਅੰਦਰ ਵੜ ਜਾਂਦਾ ਤੇ ਜਿਹੜੀ ਡਾਂਗ ਪੈਂਦੀ ਉਹ ਪੈਂਦੀ ਲੱਕ ਤੇ ਤੇ ਮੁੜ ਕੇ ਕੁੱਤੇ ਤੋਂ ਉੱਠਿਆ ਨਹੀਂ ਜਾਂਦਾ ਤੇ ਸੱਚੇ ਪਾਤਸ਼ਾਹ ਵੀ ਕਹਿੰਦੇ ਨੇ ਰਸ ਭੋਗਾਂ ਦੇ ਸਵਾਦ ਦੇ ਵਿੱਚ ਨਾ ਥੋੜੇ ਥੋੜੇ ਰਸ ਭੋਗਾਂ ਦੇ ਸਵਾਦ ਦੇ ਵਿੱਚ ਪੈਂਦਿਆ ਜਦੋਂ ਵੱਡੇ ਪੰਗੇ ਲੈਣ ਲੱਗ ਜਾਈਏ ਨਾ ਤੇ ਕਹਿੰਦੇ ਲੱਕ ਤੇ ਐਸੀ ਚੋਟ ਦਿੰਦਾ ਕਾਲ ਉੱਠਿਆ ਨਹੀਂ ਜਾਂਦਾ ਰੋਲਾ ਹੀ ਰੋਲਾ ਪਾਉਂਦਾ ਫਿਰ ਜਿਵੇਂ ਕਹਿੰਦੇ ਨੇ ਪਹਿਲਾਂ ਤਾਂ ਚਲੋ ਕੋ ਨਾਮ ਜਪਦਾ ਗੁਰਮਖੰਦ ਦੇ ਨਾਮ ਲਾੜਦਾ ਤੇ ਠੀਕ ਹੈ ਉਹ ਮਾਇਆ 'ਚ ਵੀ ਚੱਲੀ ਜਾਂਦਾ ਹੌਲੀ ਹੌਲੀ ਜਦੋਂ 1 ਕਮਾਇਆ 10 ਕਮਾਇਆ 100 ਕਮਾਇਆ ਮਾਇਆ ਦਾ ਪੈ ਜਾਂਦਾ ਸੁਆਦ ਚਾਹੇ ਲੋਭ ਚ ਲਾ ਲਓ ਚਾਹੇ ਕਾਮ ਚ ਲਾ ਲਓ ਚਾਹੇ ਕਰੋ ਚ ਲਾ ਲਓ ਤੇ ਜਦੋਂ ਸੁਆਦ ਜ਼ਿਆਦਾ ਪੈ ਜਾਵੇ ਕਾਲ ਹੋਈ ਹੈ ਨਾ ਕਾਲ ਪਹਿਲਾਂ ਥੋੜੀ ਥੋੜੀ ਚੋਕ ਪਾਉਂਦਾ ਫਰੀਦ ਹੀ ਚੋਗ ਪਾਉਂਦਾ ਆਮ ਨਸ਼ੇ ਵਾਲੇ ਤੁਸੀਂ ਵੇਖਿਆ ਜੀ ਪਿੰਡ ਵਿੱਚ ਹੋਣਗੇ ਨਾ ਉਹ ਜਿੰਨੇ ਨਸ਼ੇ ਤੇ ਲਾਉਣਾ ਹੁੰਦਾ ਪਹਿਲਾਂ ਉਹਨੂੰ ਫਰੀਦ ਹੀ ਖਵਾਉਂਦੇ ਨੇ ਜਾਂ ਫਰੀਦ ਹੀ ਉਹਨੂੰ दारू ਪਿਉਂਦੇ ਨੇ ਜਦੋਂ ਲੱਗ ਜਾਂਦਾ ਫਿਰ ਉਹਨੂੰ ਕਹਿੰਦੇ ਲੈ ਵੀ ਹੁਣ ਤੂੰ ਵੀ ਲਿਆ ਇਸੇ ਤਰੀਕੇ ਕਾਲ ਪਹਿਲਾਂ ਥੋੜਾ ਥੋੜਾ ਰਸ ਦਿੰਦਾ ਸਵਾਦ ਦਿੰਦਾ ਜਵਾਨੀ ਦੇ ਵਿੱਚ ਆਨੰਦ ਦਿੰਦਾ ਚੋਰੀ ਗਕੈਤ ਪਰਤਰੀ ਪਰ ਰੂਪ ਯਾਰੀ ਚੋਰੀ ਮਾੜੀ ਮੋਟੀ ਕਰਾਉਂਦਾ ਰਹਿੰਦਾ ਕਾਲ ਜਿਹ ਟਾਈਮ ਸਕੂਲ ਟਾਈਮ ਹੋਸਲਾ ਦੇੰਦਾ ਤੇ ਤੇਰੇ ਰਗਾ ਤਾਂ ਕੋ ਬਦਮਾਸ਼ ਨਹੀਂ ਹੈਗਾ ਤੇਰੇ ਤੇਰੇ ਰਗਾ ਤਾਂ ਕੋਈ ਸਰੀਰ ਹੀ ਨਹੀਂ ਹੈਗਾ ਬਈ ਇਹ ਤਾਂ ਇਹਦਾ ਬੋਤਲ ਬੋਤਲ दारू ਪੀ ਜਾਂਦੇ ਨੇ ਇਹਨਾਂ ਨੂੰ ਅਸਰ ਨਹੀਂ ਹੁੰਦਾ ਸ਼ਾਨ ਮੰਨਦੇ ਨੇ ਇਸ ਚੀਜ਼ ਇਹ ਤਾਂ ਇੰਨੇ ਨਹੀਂ ਫੀਮ ਖਾ ਜਾਂਦੇ ਨੇ ਇਹਨਾਂ ਨੂੰ ਫੀਮ ਕੀ ਕਹਿੰਦੀ ਆ ਜੀ ਅੱਡਾ ਚ ਜਾਣ ਬਹੁਤ ਹੈ ਉਦੋਂ ਤਾਂ ਚ ਮੰਨਦੇ ਨੇ ਸ਼ਾਨ ਚੋਰੀ ਠੱਗੀ ਕਰ ਲਈ ਵੀ ਫੁਲਾਣੇ ਤੋਂ ਸੀ ਇੰਨੇ ਮਾਰ ਲਏ ਉਹਨੂੰ ਪਤਾ ਨਹੀਂ ਲੱਗਣ ਦਿੱਤਾ ਮੇਰੀ ਟੌਰ ਬਹੁਤ ਆ ਮੇਰੇ ਕੋਲ ਇਲਾਕੇ 'ਚ ਕੋਈ ਬੋਲਦਾ ਨਹੀਂ ਜਦੋਂ ਉਸ ਮਾਮਲੇ 'ਚ ਜਾਂਦਾ ਉਲਝ ਤੇ ਫਿਰ ਪੈਂਦੀ ਜਦੋਂ ਲੱਕ ਦੇ ਉੱਤੇ ਡਾਂਗ ਫਿਰ ਜਾਂ ਤਾਂ ਸਿਵਿਆਂ ਚ ਲੱਭਦਾ ਜਾਂ ਜੇਲਾਂ ਵਿੱਚ ਲੱਭਦਾ ਤੇ ਜਾਂ ਫਿਰ ਕਿਸੇ ਨੇ ਕਿਸੇ ਦੀ ਵੈਰ ਦਾ ਸ਼ਿਕਾਰ ਹੋ ਜਾਂਦਾ ਤੇ ਬਿਲਕੁਲ ਸਰੀਰ ਹੋ ਜਾਂਦਾ ਖਤਮ ਫਿਰ ਦਸਾਂ 20 ਸਾਲਾਂ ਬਾਅਦ ਕਹਿੰਦਾ ਹਾਂ ਭਾਈ ਹੁਣ ਸੁਣਾ ਕੀ ਹਾਲ ਚਾਲ ਹੈ ਉਹ ਬੱਸ ਮਰ ਗਏ ਆ ਪਹਿਲਾਂ ਅਸੀਂ ਇਹਨੂੰ ਨਹੀਂ ਸੀ ਛੱਡਦੇ ਹੁਣ ਇਹ ਸਾਨੂੰ ਨਹੀਂ ਛੱਡਦੀ ਪਹਿਲਾਂ ਮੈਂ ਨਹੀਂ ਸੀ दारू ਨੂੰ ਛੱਡਦਾ ਹੁਣ ਮੈਂ ਇਹਨੂੰ ਛੱਡਦਾ ਤੇ ਇਹ ਮੈਨੂੰ ਨਹੀਂ ਛੱਡਦੀ ਪਹਿਲਾਂ ਮੈਂ ਚੋਰੀਆਂ ਨਹੀਂ ਛੱਡੀਆਂ ਤੇ ਹੁਣ ਚੋਰੀਆਂ ਦੇ ਮਾਮਲੇ ਹੀ ਨੇ ਪੈ ਕੇ ਇਹ ਨਹੀਂ ਮੈਨੂੰ ਛੱਡਦੀਆਂ ਪਹਿਲਾਂ ਮੈਂ ਨਹੀਂ ਯਾਰੀ ਚੋਰੀ ਪਰ ਤਰੀ ਦਾ ਰੂਹ ਸੰਗ ਛੱਡਿਆ ਤੇ ਹੁਣ ਇੰਨਾ ਨਾਮ ਬਦਨਾਮ ਹੋ ਗਿਆ ਉਹ ਨਹੀਂ ਮੈਨੂੰ ਛੱਡਦੀਆ ਘਰ ਖਾਲੀ ਕਰਤਾ ਤੇ ਇਸ ਕਰਕੇ ਕਹਿੰਦੇ ਫਿਰ ਕੁੱਤੇ ਤਰ੍ਹਾਂ ਜਿੰਨਾ ਚਿਰ ਕਹਿੰਦਾ ਹਲਕ ਵਧਾਈ ਜਾਏਗਾ ਤੇ ਫਿਰ ਕਹਿੰਦੇ ਮਤ ਲੱਕਰੀ ਸੋਟਾ ਤੇਰੀ ਪਰ ਐ ਪਿੱਠ ਐਸਾ ਤੇਰੀ ਢੂਈ ਦੇ ਵਿੱਚ ਸੋਟਾ ਪਾਊਗਾ ਪਿੱਠ ਤੇ ਸੋਟਾ ਪਾਊਗਾ ਉੱਠਿਆ ਨਹੀਂ ਜਾਣਾ ਵੇਖੋ ਕਿੱਡੇ ਸਖਤ ਬਚਨ ਨੇ ਕਬੀਰ ਸਾਹਿਬ ਦੇ ਬਾਣੀ ਵਿਚਾਰ ਕੇ ਤੋ ਵੇਖੋ ਕਹ ਕਬੀਰ ਪੋਹੋਗ ਭਲੇ ਕੀਨ ਮਤ ਕੋ ਮਾਰੈ ਈਟ ਟੇਮ ਕਹਿੰਦੇ ਐਸਾ ਕੰਮ ਹੀ ਨਾ ਕਰ ਮਨ ਨੂੰ ਫਿਰ ਵੀ ਕੁੱਤਾ ਕਹਿੰਦੇ ਨੇ ਕਹਿੰਦੇ ਕੁੱਤਿਆ ਐਸਾ ਕੰਮ ਨਾ ਕਰ ਜਿੰਦੇ ਕਰਕੇ ਲੋਕਾਂ ਦੇ ਡਲੇ ਪੈਣ ਤੈਨੂੰ ਮਤ ਕੋ ਮਾਰੈ ਈਟ ਟੇਮ ਹੁਣ ਜੇ ਕੁੱਤਾ ਐਵੇਂ ਵੱਡੂਗਾ ਜੇ ਕੁੱਤਾ ਹਰ ਇੱਕ ਦੇ ਘਰ ਦੇ ਕੇ ਜਾ ਕੇ ਰੋਏਗਾ ਭੌਂਕੂਗਾ ਤੇ ਉਹਨੂੰ ਲੋਕ ਡਲੇ ਹੀ ਮਾਰਨਗੇ ਤੇ ਜੇ ਉਹ ਹੀ ਕੁੱਤਾ ਸਿਆਣਪ ਵਸ ਜੁਨੀ ਕੋਨ ਦੀ ਜ਼ਿੰਮੇਵਾਰੀ ਏ ਤੇ ਰਾਖੀ ਕਰੇ ਤੇ ਆਪ ਦੀ ਘਰ ਦੇ ਘਰ ਦਾ ਦਰ ਨਾ ਛੱਡੇ ਤੇ ਉਥੋਂ ਰੋਟੀ ਖਾਵੇ ਤੇ ਹਰ ਕੋਈ ਕਹਿੰਦਾ ਵੀ ਆ ਕੁੱਤਾ ਬੜਾ ਸ਼ਿਆਣਾ ਵੀ ਸਾਰੀ ਰਾਤ ਰਾਖੀ ਕਰਦਾ ਤੇ ਪਰਾਏ ਬੰਦੇ ਨੂੰ ਪਿੰਡ 'ਚ ਨਹੀਂ ਵੜਨ ਦਿੰਦਾ ਘਰ ਨਹੀਂ ਵੜਨ ਦਿੰਦਾ ਤੇ ਜਦੋਂ ਕੋਈ ਪਰਾਇਆ ਬੰਦਾ ਅਜੇ ਭੌਂਕਦਾ ਵੀ ਏ ਤੇ ਉਹ ਕੁੱਤੇ ਦੀ ਸਾਰੀ ਸੇਵਾ ਕਰਦੇ ਨੇ ਤੇ ਜਿਹੜਾ ਕੁੱਤਾ ਨਜਾਇਜ਼ ਭੌਂਕਣ ਲੱਗ ਜੇ ਆਪ ਦਾ ਦਰ ਛੱਡ ਜੇ ਜੁਨੇ ਖਾਣੇ ਦੇ ਘਰੋਂ ਰੋਟੀਆਂ ਖਾਂਦਾ ਫਿਰੇ ਜਿਹੜਾ ਆਵੇ ਉਹਨੂੰ ਵੱਡਣ ਲੱਗ ਜੇ ਫਿਰ ਦੂਜਿਆਂ ਕੁੱਤਿਆਂ ਨੂੰ ਵੱਡਣ ਲੱਗ ਜੇ ਉਹ ਉਹ ਗੱਲ ਸਾਡੀ ਹੈ ਜਦੋਂ ਅਸੀਂ ਆਪਦੇ ਕਰਮ ਦੇ ਵਿੱਚ ਵਸ ਮਤਲਬ ਕਿ ਜਿਹੜਾ ਬਿਲਕੁਲ ਐ ਲਿਪਤ ਹੋ ਜਾਂਦੇ ਆ ਨਾ ਫਿਰ ਅਸੀਂ ਦੂਜਿਆਂ ਨੂੰ ਨੁਕਸਾਨ ਪਹੁੰਚਾਉਣਾ ਸ਼ੁਰੂ ਕਰ ਦਿੰਦੇ ਆ ਧੜੇ ਬਣਾਉਣੇ ਸ਼ੁਰੂ ਕਰ ਦਿੰਦੇ ਆ ਦੂਜਿਆਂ ਨੂੰ ਵਸ ਕਰਨਾ ਸ਼ੁਰੂ ਕਰ ਦਿੰਦੇ ਆ ਪਰਿਵਾਰ ਰਿਸ਼ਤੇਦਾਰੀ ਸਮਾਜ ਆਪ ਦੀ ਇੱਕ ਸਿੱਕਾ ਚਲਾਉਣਾ ਸ਼ੁਰੂ ਕਰ ਦਿੰਦੇ ਆ ਬਸ ਫਿਰ ਉਦੋਂ ਉਦੋਂ ਝੋਟ ਪੈਂਦੀ ਪੈਂਦੀ ਆ ਫਿਰ ਅਸੀਂ ਭੱਜਦੇ ਆ ਕਰੋ ਬਾਬਾ ਜੀ ਸਾਡਾ ਇਲਾਜ ਕਰੋ ਮਹਾਰਾਜ ਜੀ ਸਾਡੀ ਕੋ ਅਰਦਾਸ ਕਰੋ ਸਾਡਾ ਓਦੋਂ ਹੁਣ ਜਦੋਂ ਡਾਂਗ ਪੈ ਗਈ ਪਿੱਠ ਦੇ ਵਿੱਚ ਤੇ ਫਿਰ ਹੁਣ ਬਾਬਾ ਜੀ ਕਾਦਾ ਇਲਾਜ ਕਰਨ ਓਦੋਂ ਤਾਂ ਤੂੰ ਵੀ ਫਿਰ ਕੁੱਤੇ ਦੇ ਕਹਿਣ ਤਰ੍ਹਾਂ ਭਈ ਮਿੱਠੀਆਂ ਰੋਟੀਆਂ ਸੁਆਦ ਲੱਗਦੀਆਂ ਨੇ ਪਰ ਕੁੱਤੇ ਨੂੰ ਇਹ ਨਹੀਂ ਨਾ ਪਤਾ ਮਿੱਠੀ ਰੋਟੀ ਖਾਦਿਆ ਸਾਰੇ ਵਾਲ ਵੀ ਉੱਟ ਜਾਂਦੇ ਹੁੰਦੇ ਨੇ ਕੁੱਤੇ ਨੂੰ ਮਿੱਠਾ ਦੇ ਦਈਏ ਤੇ ਉਹਦੇ ਸਾਰੇ ਵਾਲ ਉੱਟ ਜਾਂਦੇ ਨੇ ਕੁੱਤਾ ਮਿੱਠਾ ਮਚਾ ਪਛਾਹ ਨਹੀਂ ਸਕਦਾ ਕਿਉਂਕਿ ਉਹਦੇ ਅੰਦਰ ਮਹਾਰਾਜ ਨੇ ਪੁਰਜਾ ਐਸਾ ਲਾਇਆ ਥੋੜਾ ਜਿਹਾ ਤਾਂ ਪਚਾ ਲੇਗਾ ਜਿਆਦਾ ਵੀ ਖਾਦਾ ਜਾਂਦਾ ਇਸ ਤਰ੍ਹਾਂ ਜਿਹੜਾ ਮਨਮੁਖ ਹੁੰਦਾ ਹੈ ਨਾ ਉਹਨੂੰ ਮਾੜੀ-ਮੋਟੀ ਜਦੋਂ ਜਿਆਦਾ ਹੀ ਵਡਿਆਈ ਮਿਲ ਜਾਵੇ ਉਹਦੇ ਤੋਂ ਵਡਿਆਈ ਪਚਦੀ ਨਹੀਂ ਐ ਪਾਟਿਆ ਫਿਰਦਾ ਫਿਰ ਇਹ ਹੀ ਹੈ ਦਰ ਦੇ ਉੱਤੇ ਉਹ ਬੰਦੇ ਰਹਿ ਸਕਦੇ ਨੇ ਜਿਨ੍ਹਾਂ ਦੇ ਅੰਦਰੋਂ ਵਿਚਾਰ ਨਹੀਂ ਕੋਈ ਮਾਲਕ ਦੀ ਸੇਵਾ ਕਰ ਸਕਦੇ ਨਹੀਂ ਤਾਂ ਮਾਲਕ ਦੇ ਦਰ ਦੀ ਤਾਂ ਸ਼ਾਨ ਹੀ ਨਹੀਂ ਐ ਉੱਥੇ ਥੋੜੇ ਦਿਨ ਕੋਈ ਸਿਮਰਨ ਕਰ ਲਵੇ ਥੋੜਾ ਜਿਹਾ ਗਿਆਨ ਆ ਜਾਵੇ ਉਹਨੂੰ ਵਡਿਆਈ ਐਨੀ ਮਿਲਣ ਲੱਗ ਜਾਂਦੀ ਐ ਵਡਿਆਈ ਨਹੀਂ ਚੱਲੀ ਜਾਂਦੀ ਇਹ ਨਹੀਂ ਹੈਗਾ ਵੀ ਔਂਕੜਾਂ ਨਹੀਂ ਝੱਲੀਆਂ ਜਾਂਦੀਆਂ ਮਾਲਕ ਦੇ ਦਰ ਤੇ ਵਡਿਆਈ ਹੀ ਨਹੀਂ ਮਿਲ ਜਾਂਦੀ ਵਡਿਆਈ ਚ ਜੀਵ ਕਮਲਾ ਹੋ ਜਾਂਦਾ ਸੋ ਇਹ ਖੇਡਾਂ ਨੇ ਆਪਾਂ ਸਿਮਨ ਕਰਨਾ ਹੈ ਸਿਮਨ ਕਰਕੇ ਆਪ ਦੇ ਅੰਦਰ ਦਾ ਆਨੰਦ ਲੈਣਾ ਹੈ ਆਪ ਦੇ ਅੰਦਰ ਅਮਰਤ ਰਸ ਜਿਹੜਾ ਇਕੱਠਾ ਕਰਨਾ ਹੈ ਆਪ ਦੇ ਅੰਦਰ ਜਿਹੜੀ ਸਾਡੀ ਇਹ ਦੇਹੀ ਹੈ ਇਹਦੇ ਵਿੱਚ ਖੇਤ ਸਰੀਰ ਦੇ ਵਿੱਚ ਨਾਮ ਸ਼ਬਦ ਨੂੰ ਸਿੰਚਣਾ ਤੇ ਇਹ ਵਾਧੂ ਦੇ ਜਿਹੜੇ ਫੋਕ ਵਿਚਾਰ ਨੇ ਉਹ ਕੰਕਰੋਲਮ ਕਰਨਾ ਛੱਡ ਕੇ ਆਪ ਦਾ ਅਭਿਆਸ ਕਰਨਾ ਹੈ ਔਰ ਜਿਹੜੇ ਗੁਰਮਖਸਖੀਆਂ ਸਾ ਉਹਨਾਂ ਦਾ ਸੰਗ ਕਰਕੇ ਅਸੀਂ ਉਹ ਤੋਂ ਆਨੰਦ ਲੈਣਾ ਅੰਮ੍ਰਿਤ ਰਸ ਆਨ ਲੱਗ ਜਾਏਗਾ ਤੇ ਸਾਰੇ ਤੇ ਕਿਰਪਾ ਹੋ ਜਾਏਗੀ ਇਹਨੇ ਬਚਨ ਕਰਦਿਆ ਕੋਕਰ ਵੱਧਾ ਕਟ ਸੰਗਤ ਗੁਰੂ ਬਖਸ਼ ਜੀ ਬਖਸ਼ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ